ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਪੰਡਿਤ ਤਰੁਣ ਦੇਵਗਨ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦੇ ਵਿੱਚ ਇਸ ਹਫ਼ਤੇ ਦਾ ਰਾਸ਼ੀਫਲ ਲੈ ਕੇ ਆ ਰਹੇ ਹਾਂ। ਜਿੱਦਾਂ ਕਿ ਤੁਸੀਂ ਬਹੁਤ ਸਾਰੇ ਤੁਸੀਂ ਦਰਸ਼ਕ ਸਾਨੂੰ ਫੋਲੋ ਕਰਦੇ ਹੈਗੇ ਹੋ, ਹਰ ਹਫ਼ਤੇ ਐਵਰੀਡੇ 2-3 ਵਾਰੀ ਸਾਡਾ ਇਹ ਐਪੀਸੋਡ ਰਿਪੀਟ ਹੁੰਦਾ ਆ। ਸਵੇਰੇ ਦੇਖਣ ਵਾਲੇ ਸਵੇਰੇ ਦੇਖਦੇ ਨੇ, ਦੁਪਹਿਰ ਦੇਖਣ ਵਾਲੇ ਦੁਪਹਿਰੇ ਦੇਖਦੇ ਨੇ, ਜਿਹਨਾਂ ਨੂੰ ਸ਼ਾਮੀ ਵੇਲ ਹੁੰਦੀ ਹੈ ਸ਼ਾਮੀ ਵੀ ਉਸ ਸ਼ੋਅ ਨੂੰ ਦੇਖ ਸਕਦੇ ਨੇ। ਅਤੇ ਅਸੀਂ ਸ਼ੁਰੂਆਤ ਕਰਦੇ ਹਾਂ ਕਿ 12 ਦੀ 12 ਰਾਸ਼ੀਆਂ ਦੀ। ਸਭ ਤੋਂ ਪਹਿਲੀ ਰਾਸ਼ੀ ਜਿਹੜੀ ਹੈਗੀ ਹੈ ਮੇਸ਼ ਰਾਸ਼ੀ, ਯਾਨੀ ਕਿ ਏਰੀਜ਼। ਜੇ ਤੁਹਾਡਾ ਜਨਮ ਹੋਇਆ ਮਾਰਚ 21 ਤੋਂ ਲੈ ਕੇ April 20 ਦੇ ਵਿੱਚ, ਤੁਹਾਡੀ ਇਹ ਰਾਸ਼ੀ ਬਣਦੀ ਹੈਗੀ ਹੈ। ਆਓ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਤੁਹਾਡੀ ਬਿਜ਼ਨਸ, ਸਟਾਕ, ਪ੍ਰੋਪਰਟੀ ਦਾ ਕੀ ਹਾਲਚਾਲ ਚੱਲ ਰਿਹਾ ਹੈਗਾ। ਤੁਹਾਡੇ ਵਾਸਤੇ ਅੱਛੀ ਗੱਲ ਇਹ ਹੈਗੀ ਕਿ ਤੁਸੀਂ ਸ਼ੇਅਰ ਬਾਜ਼ਾਰ ਜਾਂ ਸੱਟੇ ਲਾਟਰੀ ਦੇ ਵਿੱਚ ਕਿਸੇ ਤਰੀਕੇ ਦੇ ਐਸੇ ਕੁਝ ਬਿਜ਼ਨਸ ਵਿੱਚ ਹੈਗੇ ਹੋ ਤਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਇਸ ਹਫ਼ਤੇ ਦੇ ਵਿੱਚ ਕੀਤੀ ਹੋਈ ਤੁਹਾਡੀ ਕੋਈ ਵੀ ਇਨਵੈਸਟਮੈਂਟ ਤੁਹਾਨੂੰ ਕੋਈ ਵੱਡਾ ਧੋਖਾ ਦੇ ਕੇ ਜਾ ਸਕਦੀ ਹੈਗੀ ਹੈ। ਬਟ ਇੱਕ ਚੀਜ਼ ਦਾ ਤੁਸੀਂ ਪ੍ਰੋਫਿਟ ਚੁੱਕ ਸਕਦੇ ਹੈਗੇ ਹੋ, ਤੁਹਾਨੂੰ ਆਪਣੇ ਹੀ ਬਿਜ਼ਨਸ ਦੇ ਵਿੱਚ ਕਿਤੇ ਨਾ ਕਿਤੇ। ਕਈ ਵਾਰੀ ਐਸਾ ਹੁੰਦਾ ਹੈਗਾ ਕਿ ਕੁਛ ਲੋਕ ਤੁਹਾਡੇ ਨਾਲ ਆਪਣੀ ਜੋਬ 'ਤੇ ਕੰਮ ਕਰ ਰਹੇ ਹੁੰਦੇ, ਜਿਹੜੇ ਉਹ ਕਿਸੇ ਹੋਰ ਬਿਜ਼ਨਸ ਇਨਵੋਲਵ ਹੁੰਦੇ ਹੈਗੇ ਆ। ਯਾਨੀ ਕਿ ਤੁਹਾਡੇ ਕੋਈ ਵੀ ਜਿਹੜੇ ਕਰਮਚਾਰੀ ਕਹਿ ਲਓ ਜਾਂ ਸਾਂਝੇਦਾਰੀ ਵਾਲੇ ਜਿਹੜੇ ਪਾਰਟਨਰ ਹੈਗੇ, ਤੁਹਾਨੂੰ ਕੁਛ ਇਨਕਮ ਬਣਾਉਣ ਦੇ ਕੁਝ ਰਸਤੇ ਦਿਖਾ ਸਕਦੇ ਨੇ। ਜੇ ਆਪਣੇ ਆਪ ਨੂੰ ਤੁਸੀਂ ਐਸੀ ਕਿਸੇ ਵੀ ਸਿਚੁਏਸ਼ਨ ਵਿੱਚ ਪਾਉਂਦੇ ਹੋ ਤਾਂ ਜ਼ਰੂਰ ਉਹਨਾਂ ਨਾਲ ਡਿਸਕਸ ਕਰੋ ਕੁਛ ਨਵੀਂ ਇਨਵੈਸਟਮੈਂਟ ਓਪਰਚੁਨਿਟੀਜ਼ ਵਾਸਤੇ। ਅਤੇ ਬਿਜ਼ਨਸ ਤੋਂ ਬਾਅਦ ਗੱਲ ਕਰਦੇ ਹੈਗੇ ਹਾਂ ਤੁਹਾਡੇ ਹੈਲਥ ਦੀ, ਸਿਹਤ ਵਾਸਤੇ। ਇਸ ਵੀਕ ਦੇ ਵਿੱਚ ਕੁਛ ਵੀ ਕੁਛ ਪਰੇਸ਼ਾਨੀਆਂ ਤੁਹਾਨੂੰ ਆ ਸਕਦੀਆਂ ਨੇ, ਪਰ ਛੋਟੀ ਮੋਟੀ ਪਰੇਸ਼ਾਨੀ ਹੋਏ ਤਾਂ ਉਹਨੂੰ ਇੱਦਾਂ ਹੀ ਆਈ ਚਲਾਈ ਨਹੀਂ ਕਰਨੀ ਹੈਗੀ, ਅਤੇ ਕੋਸ਼ਿਸ਼ ਕਰਨਾ ਜੇ ਕੁਛ ਪੁਰਾਣੀ ਮੁੜ ਕੇ ਕੋਈ ਪਰੇਸ਼ਾਨੀ ਵਾਪਸ ਆ ਰਹੀ ਹੈ ਸਿਹਤ ਤੋਂ ਸੰਬੰਧਿਤ, ਤਾਂ ਉਹਦਾ ਤੁਸੀਂ ਪ੍ਰੋਪਰ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਨੀ ਹੈਗੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਤੁਹਾਡੇ ਰਿਸ਼ਤਿਆਂ ਦੀ ਅਤੇ ਪਿਆਰ ਦੀ। ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਐਸਾ ਹੁੰਦਾ ਹੈ ਕਿ ਅਸੀਂ ਆਪਣੇ ਕੰਮਾਂ 'ਚ ਇੰਨੇ ਮਸਰੂਫ ਹੋ ਜਾਂਦੇ ਹਾਂ, ਬਿਜ਼ੀ ਹੋ ਜਾਂਦੇ ਹੈਗੇ ਹਾਂ ਕਿ ਸਾਨੂੰ ਆਪਣੇ ਪਰਿਵਾਰ ਨੂੰ ਟਾਈਮ ਦੇਣ ਦਾ ਸਮੇਂ ਕੁਛ ਘੱਟ ਹੀ ਮਿਲ ਪਾਉਂਦਾ ਹੈਗਾ। ਲੇਕਿਨ ਕੋਸ਼ਿਸ਼ ਕਰਨੀ ਹੈ ਇਸ ਹਫ਼ਤੇ ਦੇ ਵਿੱਚ ਤੁਹਾਨੂੰ ਕੁਛ ਸਮੇਂ, ਬੜਾ ਹੀ ਮਹੱਤਵਪੂਰਨ ਸਮੇਂ ਕਹਿ ਲਓ, ਤੁਸੀਂ ਆਪਣੇ ਪਰਿਵਾਰ ਦੇ ਨਾਲ, ਇਮੀਡੀਏਟ ਫੈਮਿਲੀ ਦੇ ਨਾਲ ਬਿਤਾਉਣਾ ਹੈ, ਜਿਸ ਕਰਕੇ ਤੁਹਾਡੇ ਉੱਥੇ ਸੰਬੰਧ ਹੈਗੇ ਨੇ ਉਹ ਪਹਿਲੇ ਨਾਲੋਂ ਤੁਹਾਡੇ ਬਹੁਤ ਹੀ ਅੱਛੇ ਹੋਣ ਵਾਲੇ ਨੇ। ਐਕਸਟੈਂਡਡ ਫੈਮਿਲੀ ਦੇ ਵਿੱਚ ਕੋਈ ਵੀ ਕੁਝ ਚੇਂਜਸ ਤੁਸੀਂ ਨਹੀਂ ਐਕਸਪੈਕਟ ਕਰ ਰਹੇ ਹੈਗੇ। ਦੋਸਤਾਂ ਦੇ ਨਾਲ ਤੁਹਾਡੀ ਇਸ ਹਫ਼ਤੇ ਦੇ ਵਿੱਚ ਕੁਝ ਇਨਵੋਲਵਮੈਂਟ ਜ਼ਿਆਦਾ ਰਹਿ ਸਕਦੀ ਹੈਗੀ ਹੈ, ਅਤੇ ਜ਼ਰੂਰ ਇਸ ਗੱਲ ਦਾ ਵੀ ਧਿਆਨ ਰੱਖੋ। ਅਤੇ ਆਖਿਰ ਦੇ ਵਿੱਚ ਅਸੀਂ ਗੱਲ ਕਰੀਏ ਕਰੀਅਰ ਅਤੇ ਸ਼ਿਕਸ਼ਾ ਦੇ ਬਾਰੇ ਵਿੱਚ। ਕਰੀਅਰ ਦੇ ਵਿੱਚ ਜਿਹੜੇ ਵੀ ਨੌਕਰੀ ਦੇ ਵਿੱਚ ਹੈਗੇ ਨੇ, ਆਲਰੇਡੀ ਕੋਈ ਚੇਂਜਸ ਐਕਸਪੈਕਟ ਨਹੀਂ ਕਰ ਰਹੇ ਹੈਗੇ ਹੋ, ਚੇਂਜ ਕਰਨਾ ਚਾਹੁੰਦੇ ਹੈਗੇ ਹੋ, ਲੇਕਿਨ ਹਾਲੇ ਸਮੇਂ ਤੁਹਾਡੇ ਵਾਸਤੇ ਤੁਹਾਡੇ ਹੱਕ ਵਿੱਚ ਕੁਛ ਗ੍ਰਹਿ ਚਾਲ ਨਹੀਂ ਲੈ ਕੇ ਆ ਰਹੇ ਨੇ। ਅਤੇ ਸਟੂਡੈਂਟਸ ਵਾਸਤੇ ਜਿਹੜੀ ਤੁਸੀਂ ਮਿਹਨਤਾਂ ਕੀਤੀਆਂ ਹੋਈਆਂ, ਕੋਸ਼ਿਸ਼ਾਂ ਕੀਤੀਆਂ ਹੋਈਆਂ ਕਹਿ ਲਓ ਕਿ ਇਸ ਹਫ਼ਤੇ ਦੇ ਵਿੱਚ ਉਹ ਤੁਹਾਡੀ ਕੁਛ ਕੰਮ ਆ ਸਕਦੀਆਂ ਨੇ। ਇਸ ਹਫ਼ਤੇ ਲਈ ਤੁਹਾਡਾ ਲੱਕੀ ਕਲਰ ਰਹਿਣ ਵਾਲਾ ਹੈਗਾ ਰੈੱਡ, ਯਾਨੀ ਕਿ ਲਾਲ, ਅਤੇ ਲੱਕੀ ਨੰਬਰ ਤੁਹਾਡੇ ਵਾਸਤੇ ਰਹਿਣ ਵਾਲਾ ਹੈਗਾ ਨੰਬਰ 7। ਰਾਸ਼ੀ ਚੱਕਰ ਦੀ ਦੂਸਰੀ ਰਾਸ਼ੀ ਵ੍ਰਿਸ਼ ਰਾਸ਼ੀ, ਜਿਹਨੂੰ ਕਿ ਅਸੀਂ ਟੋਰਸ ਵੀ ਕਹਿੰਦੇ ਹਾਂ। ਜੇ ਤੁਹਾਡਾ ਜਨਮ April 21 ਤੋਂ ਲੈ ਕੇ May 21 ਦੇ ਵਿੱਚ ਹੋਇਆ, ਤੁਹਾਡੀ ਇਹ ਰਾਸ਼ੀ ਬਣਦੀ ਹੈਗੀ ਹੈ। ਆਓ ਅਤੇ ਗੱਲ ਕਰੀਏ ਸਭ ਤੋਂ ਪਹਿਲੇ ਕਿ ਤੁਹਾਡੇ ਬਿਜ਼ਨਸ ਦੀ, ਕਿ ਸਮੇਂ ਤੁਹਾਡੇ ਵਾਸਤੇ ਅੱਛਾ ਹੈਗਾ ਬਿਜ਼ਨਸ ਦੇ ਵਿੱਚ, ਲੇਕਿਨ ਓਪਰਚੁਨਿਟੀਜ਼ ਨੂੰ ਤੁਸੀਂ ਜਾਣ ਨਹੀਂ ਦੇਣਾ ਹੈਗਾ। ਯਾਨੀ ਕੁਛ ਐਸਾ ਹੋਏਗਾ ਕਿ ਤੁਹਾਨੂੰ ਬਹੁਤ ਸ਼ੋਰਟ ਟਰਮ ਡਿਸੀਜ਼ਨ ਲੈਣੇ ਹੋਣਗੇ, ਜਿਸ 'ਚ ਤੁਹਾਨੂੰ ਪੂਰਾ ਖੋਜਬੀਨ ਕਰਨ ਦਾ ਟਾਈਮ ਸ਼ਾਇਦ ਨਾ ਮਿਲੇ ਇਤਨਾ। ਲੇਕਿਨ ਐਸੀ ਕੋਈ ਵੀ ਓਪਰਚੁਨਿਟੀਜ਼ ਆਉਂਦੀ ਹੈ ਉਹਨੂੰ ਜਾਣ ਨਾ ਦਿਓ, ਕਿਉਂਕਿ ਬਹੁਤ ਅੱਛੇ ਗ੍ਰਹਿ ਯੋਗ ਲੈ ਕੇ ਆ ਰਹੇ ਨੇ, ਤੁਹਾਨੂੰ ਓਪਰਚੁਨਿਟੀਜ਼ ਜਿਹੜੀ ਹੈਗੀਆਂ ਕੁਛ ਨਾ ਕੁਛ ਫਾਇਦਾ ਹੀ ਦੇ ਕੇ ਜਾਣਗੀਆਂ ਹੈਗੀ। ਲੇਕਿਨ ਕੰਟਰੋਲਡ ਇਨਵੈਸਟਮੈਂਟ ਕਰਨੀ, ਸਿਰਫ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ। ਉਸ ਤੋਂ ਬਾਅਦ ਗੱਲ ਕਰੀਏ ਤੁਹਾਡੇ ਰਿਸ਼ਤਿਆਂ ਦੀ, ਪਿਆਰ ਦੀ। ਸਮੇਂ ਜ਼ਰੂਰ ਬਿਤਾਓ ਤੁਸੀਂ ਆਪਣੇ ਪਰਿਵਾਰ ਦੇ ਨਾਲ, ਇਹਦੀ ਤੁਹਾਨੂੰ ਬਹੁਤ ਜ਼ਿਆਦਾ ਇਸ ਹਫ਼ਤੇ ਦੀ ਲੋੜ ਹੈਗੀ ਹੈ। ਅਤੇ ਐਕਸਟੈਂਡਡ ਫੈਮਿਲੀ ਦੇ ਵਿੱਚ ਕੋਈ ਚੇਂਜਸ ਤੁਸੀਂ ਨਹੀਂ ਐਕਸਪੈਕਟ ਕਰ ਰਹੇ ਹੈਗੇ ਹੋ, ਸਿਰਫ ਔਰ ਸਿਰਫ ਕਹਿ ਲਓ ਕਿ ਜਿਹੜਾ ਕਿ ਤੁਹਾਡੇ ਇਨਲਾਸ ਦੇ ਵਿੱਚ ਤੁਹਾਡੀ ਇਸ ਹਫ਼ਤੇ ਦੇ ਕੁਛ ਜ਼ਿਆਦਾ ਹੀ ਇਨਵੋਲਵਮੈਂਟ ਰਹਿਣ ਵਾਲੀ ਹੈਗੀ ਹੈ। ਉਹਦਾ ਕਾਰਜ ਕੋਈ ਮੰਗਲ ਕਾਰਜ ਵੀ ਹੋ ਸਕਦਾ ਅਤੇ ਕੋਈ ਨਾ ਕੋਈ ਦੁੱਖ ਭਰੀ ਗੱਲ ਵੀ ਹੋ ਸਕਦੀ ਹੈਗੀ, ਲੇਕਿਨ ਤੁਹਾਡੀ ਇੱਕ ਬੜੀ ਇੰਪੋਰਟੈਂਸ ਉੱਥੇ ਰਹੇਗੀ ਅਤੇ ਜ਼ਰੂਰ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਓਗੇ। ਜਿਹੜੇ ਸਟੂਡੈਂਟਸ ਨੌਕਰੀ ਦੀ ਭਾਲ ਕਰ ਰਹੇ ਨੇ ਉਹਨਾਂ ਵਾਸਤੇ ਸਮੇਂ ਇਸ ਹਫ਼ਤੇ ਦੇ ਲਈ ਥੋੜ੍ਹਾ ਜਿਹਾ ਟਾਈਟ ਹੈਗਾ। ਕਹਿ ਲਓ ਕਿ ਬਹੁਤ ਅੱਛੇ ਕੁਛ ਗ੍ਰਹਿ ਤੁਹਾਡਾ ਯੋਗ ਨਹੀਂ ਲੈ ਕੇ ਆ ਰਹੇ ਨੇ, ਲੇਕਿਨ ਤੁਸੀਂ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ, ਪਿੱਛੇ ਨਹੀਂ ਹਟਣਾ। ਜਿਹੜੇ ਆਲਰੇਡੀ ਨੌਕਰੀ ਦੇ ਵਿੱਚ ਹੈਗੇ ਆ ਉਹਨਾਂ ਵਾਸਤੇ ਚੇਂਜਸ ਇਹ ਹੈਗਾ ਕਿ ਜੇ ਤੁਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹੋ, ਟਰਾਈ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਡੇ ਗ੍ਰਹਿ ਸ਼ਾਇਦ ਤੁਹਾਡਾ ਸਾਥ ਦੇਣ ਵਾਸਤੇ ਤਿਆਰ ਹੋਣਗੇ। ਇਸ ਚੀਜ਼ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਹੈਗਾ। ਆਓ ਜੇ ਤਾਂ ਲੱਕੀ ਨੰਬਰ ਤੁਹਾਡੇ ਵਾਸਤੇ ਹੈਗਾ ਨੰਬਰ 7, ਅਤੇ ਲੱਕੀ ਕਲਰ ਤੁਹਾਡੇ ਵਾਸਤੇ ਰਹਿਣ ਵਾਲਾ ਹੈਗਾ ਗ੍ਰੀਨ, ਯਾਨੀ ਕਿ ਹਰਾ।
मिथुन राशि जेमिनाई राशि चक्कर की तीसरी राशि जे आप जी का जन्म होया मई 22 तो लैके जून 21 के बीच तुहाडी इह राशि बनती हैगी है। आओ सब तो पहले तुहाडा बिजनेस तुहाडे वास्ते इस हफ्ते विच ग्रह कुछ सोहणे योग लैके आ रहे हैं, बिजनेस विच तुहानू तरक्कियां मिलणगियां। तो लेकिन एक चीज़ का ध्यान रखना है, सिर्फ जे तुसी पार्टनरशिप विच किसी बिजनेस विच हैगे हो अपने पार्टनर ते ब्लाइंडली तुसी फेथ इस हफ्ते विच थोड़ा जिहा घट करना है। यू कैन डू इट ऑफकोर्स, क्योंकि तुसी नाल व्यापार कर रहे हैगे हो, तो थोड़ा जिहा इस हफ्ते विच कंट्रोल करना हैगा उस चीज़ नूं कि वह बिल्कुल ही सारा कुछ उहदे हत्थ सौंप के तुसी किते कह लो कि दूर बिजनेस तो नहीं हटना हैगा। उस तो बाद रिश्तियां दी समय चुनौतीपूर्ण हो सकता हैगा, तुहाडे पार्टनर दे वल्लों तुहानू कुछ मुश्किलां आ सकदियां ने, यानी कि रिश्तियां दे विच कुछ खटास आ सकदी हैगी जिसका कारण तुहाडी अपनी बाणी भी हो सकती हैगी ते उहनां दे भी कुछ बाणी हो सकती हैगी। लेकिन ऐसे कुछ समय आएगा, बहुत ज़्यादा देर तक नहीं रहने वाला है, तो तुसी बखूबी इस सिचुएशन नू हैंडल कर पाओगे, ऐसा तुहाडा ग्रह योग दस रहे ने। एक्सटेंडेड फैमिली दे विच खुशियां वाला कुछ माहौल हैगा, किसी परिवार के नाल तुसी लंबी दूरी की यात्रा के उपर जाण दे तुहाडे योग बनते हैं, दोस्तों के नाल भी कुछ घूमन फिरन की कह लो कि इस हफ्ते विच पर्यटन के योग बन रहे हैं घूमन फिरन के। उस तो बाद गल करते हैं करियर के विच मेहनत तुसी करदे रहो, इस हफ्ते दे विच तुहानू थोड़ी जी एक्सट्रा मेहनत की लोड़ हैगी है, जितनी भी मेहनत तुसी करोगे तुहाडे वर्कप्लेस के उपर तुहानू उहदे वास्ते एक्सट्रा क्रेडिट जरूर दिता जाएगा, ऐसे योग बनते हैं। स्टूडेंट्स वास्ते नौ जिन्हां दी रीसेंटली पढ़ाइया पूरी होने वास्ते जा रही ने वो हुण तो ही तैयारी कर लैन जे जॉब की कोशिश कर रहे हैं, तो बड़े अच्छे योग बनते हैं, कोई ना कोई तुहानू अच्छी जॉब भी क्लिक हो सकती है। लक्की कलर इस हफ्ते लिए तुहाडे वास्ते रहने वाला हैगा ग्रे कलर, तो लक्की नंबर रहने वाला हैगा नंबर 4। आओ जी गल करते हैं उस तो बाद राशि चक्कर की अगली राशि यानी कि चौथी राशि कैंसर कर्क, जे तुहाडा जन्म होया जून 22 तो लैके जुलाई 22 दे विच तुहाडी राशि बनती हैगी है। पहली गल हर वार दे तरीके तुहाडे बिजनेस ते इन्वेस्टमेंट दे लैके तुहाडी प्रॉपर्टीज़ नूं लैके इस हफ्ते की शुरुआत तुहाडे लई इन्वेस्टमेंट वास्ते बहुत अच्छी हैगी है, यानी कि स्टडी वीक स्टार्ट होएगा, लेकिन जिदा जिदा वीक खात्मे वाल हुंदा जाऊगा वधदा जाऊगा तुहानू पैसे बनने शुरू हो जाणगे, ऐसा कुछ बिजनेस तुहानू योग लैके आ रहे हैं। एक चीज़ का जरूर ध्यान रखना खासकर बिजनेस वाले वास्ते, दोस्ती ते व्यापार नू कंप्लीटली तुसी अलग रखोगे तो ये तुहाडे वास्ते बहुत ही अच्छा साबित होने वाला है, सिर्फ इस चीज़ का ध्यान रखना। उस तो बाद गल करते हैं एक्सटेंडेड फैमिली दे विच कोई बहुत बड़ा चेंजेस तुसी एक्सपैक्ट नहीं कर रहे हैं, पर फिर समहाउ कुछ नट भज दे कारण परिवार निकल के आ सकते हैं। देर आर सो मैनी थिंग्स यू कैन से, बट नट भज थोड़ी ज़्यादा रहेगी, घबराने की लोड़ नहीं हैगी, बखूबी जिम्मेदारियों तुसी जरूर निभाओगे। रिश्ते प्यार दे नाल समय बड़ा अच्छा हैगा, तुहाडा कह लो कि व्यवहार बड़ा अच्छा अपने पार्टनर दे नाल रहेगा, अपने जीवन साथी दे नाल रहेगा, तुहाडा अपना इमीडिएट फैमिली नाल तुहाडे बच्चियां नाल इस हफ्ते वास्ते बड़ा ही प्यार भरा समा तुहाडा इस हफ्ते दे विच बीतन वाला है। हेल्थ वास्ते तुसीं कोई भी चेंजेस एक्सपैक्ट नहीं कर रहे हैगे हो। करियर दे विच मेहनत करन दी बहुत लोड़ हैगी है, जिहड़े स्पैशली जिहड़े लोग कि कुछ चैलेंजेस फेस कर रहे ने अपने वर्क प्लेस दे उपर, तो कोशिश करो अपने आप नूं उहनां चीज़ां तों तुसीं बचा करके रखना हैगा, इस चीज़ का तुसी जरूर ध्यान रखना। जिहड़े नौकरी ऑलरेडी कर रहे हैं और जिहड़े स्टूडेंट्स ने अजकल नौकरी की भाल विच ने, इस समा थोड़ा जिहा टाइट हैगा, लेकिन कोशिश करते रहो, रब की मेहर जरूर होएगी, टाइम तो तुहाडा तीर निशाने ते जरूर लगेगा। लक्की कलर इस हफ्ते वास्ते तुहाडे लई रहने वाला हैगा ब्राउन यानी कि पूरा, तो लक्की नंबर रहने वाला हैगा नंबर 8। आओ जी उस तो बाद गल करते हैं राशि चक्कर की पंजवीं राशि सिंह राशि। सिंह राशि यानी कि लियो, जे तुहाडा जन्म होया जुलाई 23 तो लैके अगस्त 22 दे विच आप जी की यह राशि बनती हैगी है। बिजनेस दे विच किसी भी तरीके की वड्डी इन्वेस्टमेंट तो तुसी अपने आप नूं बचा के रखना, ऐसा होएगा कि तुहानूं लग रहा है कि मार्केट तुहानूं कुछ इशारा कर रही हैगी कि भई इन्वेस्टमेंट की लोड़ हैगी है, और कुछ भी इन्वेस्टमेंट जे करांगा तो मैं भी पैसे बना सकता हाँ जिस तरीके नाल कि बाकी लोग भी बना रहे ने, पर जल्दबाजी नहीं करनी, थोड़ा बहुत ही ज़्यादा सोच समझ के अपनी अच्छे तरीके से छानबीन करके ही तुसी कोई पैसा उत्ते इन्वेस्टमेंट करना है। इफ समहाउ जो तुहानू लगता है कि तुसी इस सिचुएशन विच हैगे हो, यू हैव टू पुट सम मनी इनटू इट, स्टार्ट विद समथिंग लिटल, तो जरूर तुहानू कुछ ना कुछ प्रॉफिट उत्तों नज़र आएगा, तुहानू आइडिया भी हो जाएगा कि तुहाडी इन्वेस्टमेंट किहड़े पासे तुहानू लैके जा रही हैगी है।
ਐਕਸਟੈਂਡਡ ਫੈਮਿਲੀ ਦੇ ਵਿੱਚ ਪਰਿਵਾਰ ਦੇ ਵਿੱਚ ਭੈਣ ਭਰਾਵਾਂ ਨਾਲ ਤੁਹਾਡਾ ਸਮੇਂ ਅੱਛਾ ਬੀਤਣ ਵਾਲਾ ਹੈਗਾ। ਉਹਨਾਂ ਨਾਲ ਕੁਛ ਤੁਹਾਨੂੰ ਬੜੇ ਹੀ ਵੈਲਿਊਬਲ ਐਕਸਪੀਰੀਅੰਸਿਸ ਕਹਿ ਲਓ ਕਿ ਕੁਛ ਓਪੀਨੀਅਨਸ ਮਿਲ ਸਕਦੇ ਨੇ ਤੁਹਾਨੂੰ ਤੁਹਾਡੀ ਆਪਣੀ ਪਰਸਨੈਲਿਟੀ ਵਾਸਤੇ, ਅਤੇ ਜ਼ਰੂਰ ਉਹਦਾ ਫਾਇਦਾ ਚੁੱਕੋ। ਦੰਪਤੇ ਜੀਵਨ ਬੜਾ ਹੀ ਮਜ਼ੇਦਾਰ ਰਹਿਣ ਦੀ ਹੈਗੀ ਹੈ, ਕਹਿ ਲਓ ਕਿ ਇੱਕ ਜੀਵਨ ਸਾਥੀ ਦੇ ਨਾਲ ਇਸ ਹਫ਼ਤੇ ਬੜਾ ਤੁਹਾਡਾ ਮਿਲਿਆ ਜੁਲਿਆ ਸੁਭਾਅ ਰਹੇਗਾ। ਕਿਸੇ ਪਲਾਂ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਸੀਰੀਅਸ ਵੀ ਹੋ ਜਾਓਗੇ, ਅਤੇ ਕੁਛ ਪਲਾਂ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਲਾਈਕ ਸੈਂਸ ਆਫ ਹਿਊਮਰ ਬਹੁਤ ਜ਼ਿਆਦਾ ਇੱਕ ਹਾਈ ਲੈਵਲ 'ਤੇ ਹੋਏਗਾ। ਬੜੇ ਅੱਛੇ ਤਰੀਕੇ ਨਾਲ ਤੁਸੀਂ ਆਪਣੇ ਜੀਵਨ ਸਾਥੀ ਨਾਲ ਕੁਆਲਿਟੀ ਭਰਿਆ ਸਮੇਂ ਬਿਤਾਓਗੇ, ਸਪੈਸ਼ਲੀ ਨਵੇਂ ਵਿਆਹੇ ਜੁੜਿਆਂ ਵਾਸਤੇ। ਹੈਲਥ ਵਾਸਤੇ ਕੁਛ ਵੀ ਚੇਂਜਸ ਤੁਸੀਂ ਨਹੀਂ ਐਕਸਪੈਕਟ ਕਰ ਰਹੇ ਹੋਗੇ, ਐਵਰੀਥਿੰਗ ਐਗਜੈਕਟਲੀ ਦ ਨੋਰਮਲ। ਉਸ ਤੋਂ ਬਾਅਦ ਜਿਹੜੇ ਕੰਮ ਕਾਜ ਵਿੱਚ ਹੈਗੇ ਇਹਨਾਂ ਵਾਸਤੇ ਬੜੀ ਸੁਣਨ ਵਾਲੀ ਗੱਲ ਹੈਗੀ ਹੈ। ਜਿਹੜੇ ਨੌਕਰੀ ਵਿੱਚ ਹੈਗੇ ਨੇ ਉਹਨਾਂ ਵਿੱਚ ਇਸ ਹਫ਼ਤੇ ਦੇ ਲਈ ਕੁਛ ਐਕਸਟਰਾ ਚੈਲੇਂਜਸ ਆ ਸਕਦੇ ਨੇ, ਐਕਸਟਰਾ ਵਰਕਲੋਡ ਪੈ ਸਕਦਾ ਹੈਗਾ ਤੁਹਾਡਾ। ਲੇਕਿਨ ਥੋੜ੍ਹੀ ਜਿਹੀ ਜੇ ਤੁਸੀਂ ਸਮਝਦਾਰੀ ਦਾ ਕਹਿ ਲਓ ਕਿ ਪ੍ਰਯੋਗ ਕਰੋਗੇ ਤਾਂ ਤੁਸੀਂ ਉਸ ਘੜੀ ਦੇ ਵਿੱਚੋਂ ਬਾਹਰ ਆ ਸਕਦੇ ਹੈਗੇ ਹੋ। ਸੋ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਹੈਗਾ, ਕੰਪਲੀਟਲੀ ਕਿਸੇ 'ਤੇ ਵੀ ਆਪਣੇ ਕੰਮ ਵਾਸਤੇ ਰਿਲਾਈ ਨਹੀਂ ਕਰਨਾ। ਜਸਟ ਬੀ ਸਮਾਰਟ ਐਂਡ ਗੈਟ ਐਵਰੀਥਿੰਗ ਡਨ ਐਂਡ ਤੁਸੀਂ ਕਰ ਪਾਓਗੇ। ਜਿਹੜੇ ਨੌਕਰੀ ਵਿੱਚ ਹੈਗੇ ਨੇ, ਸਟੂਡੈਂਟਸ ਹੈਗੇ ਨੇ, ਨੌਕਰੀਆਂ ਦੀ ਭਾਲ ਕਰ ਰਹੇ ਨੇ, ਸਮੇਂ ਥੋੜ੍ਹਾ ਟਾਈਟ ਹੈਗਾ, ਕੋਸ਼ਿਸ਼ ਕਰੋ ਜ਼ਿਆਦਾ ਸਮੇਂ ਆਪਣੀ ਪੜ੍ਹਾਈ 'ਤੇ ਫੋਕਸ ਕਰੋ ਤੁਸੀਂ, ਅਤੇ ਜੋਬ ਵੱਲ ਬਹੁਤ ਜ਼ਿਆਦਾ ਇਸ ਹਫ਼ਤੇ ਦੇ ਲਈ ਸਪੈਸ਼ਲੀ ਆਪਣਾ ਟਾਈਮ ਤੁਸੀਂ ਖਰਾਬ ਨਹੀਂ ਕਰਨਾ ਹੈਗਾ। ਲੱਕੀ ਕਲਰ ਤੁਹਾਡੇ ਵਾਸਤੇ ਰਹਿਣ ਵਾਲਾ ਹੈਗਾ ਯੈਲੋ, ਅਤੇ ਲੱਕੀ ਨੰਬਰ ਰਹਿਣ ਵਾਲਾ ਹੈਗਾ ਨੰਬਰ 1। ਰਾਸ਼ੀ ਚੱਕਰ ਦੀ ਅਗਲੀ ਰਾਸ਼ੀ ਇਹ ਵੀ ਰਾਸ਼ੀ ਯਾਨੀ ਕਿ ਕੰਨਿਆ ਵਰਗੋ, ਜੇ ਤੁਹਾਡਾ ਜਨਮ ਹੋਇਆ ਅਗਸਤ 23 ਤੋਂ ਲੈ ਕੇ ਸਪਟੈਂਬਰ 22 ਦੇ ਵਿੱਚ ਤੁਹਾਡੀ ਰਾਸ਼ੀ ਬਣਦੀ ਹੈਗੀ ਹੈ। ਸਭ ਤੋਂ ਪਹਿਲੇ ਵਪਾਰ ਦੀ ਜੀਵਨ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਐਸੀਆਂ ਹੁੰਦੀਆਂ ਹੈਗੀਆਂ ਕਿ ਸਾਨੂੰ ਲੱਗਦਾ ਅਸੀਂ ਕੁਛ ਉਹ ਚੀਜ਼ਾਂ ਕਰ ਪਾਵਾਂਗੇ, ਲੇਕਿਨ ਉਹ ਚੀਜ਼ਾਂ ਜਦੋਂ ਸਾਡੀ ਪਲੈਨਿੰਗ ਦੇ ਮੁਤਾਬਿਕ ਚੱਲਦੀਆਂ ਨਹੀਂ ਹੈ, ਕਈ ਵਾਰ ਅਸੀਂ ਟੁੱਟ ਵੀ ਜਾਂਦੇ ਹੈਗੇ ਹਾਂ। ਸੋ ਯੂ ਮਾਈਟ ਬੀ ਵਨ ਆਫ ਦੀਸ ਪੀਪਲ ਇਹ ਇਸ ਰਾਸ਼ੀ ਵਾਲਿਆਂ ਵਾਸਤੇ। ਜੇ ਤੁਹਾਨੂੰ ਐਸਾ ਲੱਗ ਰਿਹਾ ਵਪਾਰ ਵਾਸਤੇ ਤੁਸੀਂ ਬਹੁਤ ਜ਼ੋਰ ਲਗਾ ਚੁੱਕੇ ਹੋ ਕਿ ਥਿੰਗਸ ਆਰ ਨਾਟ ਵਰਕਿੰਗ ਆਊਟ, ਅਤੇ ਆਈ ਗੈਸ ਤੁਹਾਨੂੰ ਸਿਰਫ ਥੋੜ੍ਹਾ ਜਿਹਾ ਐਨਾਲਾਈਜ਼ ਕਰਨ ਦੀ ਲੋੜ ਹੈਗੀ ਹੈ। ਮੇ ਬੀ ਐਵਰੀਥਿੰਗ ਇਜ਼ ਗੁੱਡ ਵਿਦ ਬਿਜ਼ਨਸ, ਔਰ ਸ਼ਾਇਦ ਤੁਹਾਨੂੰ ਕੁਝ ਚੇਂਜ ਕਰਨ ਦੀ ਲੋੜ ਹੈਗੀ ਆਪਣੀ ਪਰਸਨੈਲਿਟੀ ਦੇ ਵਿੱਚ, ਕਿ ਦ ਵੇ ਯੂ ਟੈਕਲ ਵਿਦ ਦ ਬਿਜ਼ਨਸ ਕਲਾਇੰਟਸ। ਥੋੜ੍ਹਾ ਜਿਹਾ ਇਸ ਬਾਰੇ ਧਿਆਨ ਰੱਖੋ। ਜੇ ਤੁਸੀਂ ਸਟਰਗਲ ਕਰ ਰਹੇ ਹੋ ਆਪਣੇ ਬਿਜ਼ਨਸ ਨੂੰ ਰਨ ਕਰਨ ਵਾਸਤੇ, ਜ਼ਰੂਰ ਤੁਹਾਨੂੰ ਕੁਛ ਨਾ ਕੁਛ ਹੈਲਪ ਜਾਂ ਕੁਛ ਨਾ ਕੁਛ ਲੂਜ਼ ਪੁਆਇੰਟਸ ਆਪਣੀ ਪਰਸਨੈਲਿਟੀ ਦੇ ਵਿੱਚ ਜਾਂ ਆਪਣੇ ਕੰਮ ਕਾਜ ਦੇ ਤਰੀਕੇ ਵਿੱਚ ਮਿਲ ਜਾਣਗੇ, ਅਤੇ ਉਹਨਾਂ ਨੂੰ ਇੰਪਰੂਵ ਕਰਕੇ ਤੁਸੀਂ ਬਿਜ਼ਨਸ ਨੂੰ ਬਹੁਤ ਅੱਛੇ ਤਰੀਕੇ ਨਾਲ ਖੜਾ ਕਰ ਪਾਓਗੇ। ਉਸ ਤੋਂ ਬਾਅਦ ਐਕਸਟੈਂਡਡ ਫੈਮਿਲੀ ਦੇ ਵਿੱਚ ਕੋਈ ਵੀ ਤੁਸੀਂ ਚੇਂਜਿਸ ਐਕਸਪੈਕਟ ਨਹੀਂ ਕਰ ਰਹੇ ਹੋ, ਜੋ ਤੁਹਾਡਾ ਨੋਰਮਲ ਮਿਲਣਾ ਜੁਲਣਾ ਹੈਗਾ ਆਪਣੇ ਸਿਆਣੇ ਬਿਆਣਿਆਂ ਨਾਲ, ਭੈਣ ਭਰਾਵਾਂ ਨਾਲ, ਦੂਰ ਰਿਸ਼ਤੇਦਾਰਾਂ ਨਾਲ ਹੈਗਾ, ਉਹੀ ਤੁਹਾਡਾ ਹੀ ਉਸੇ ਤਰੀਕੇ ਨਾਲ ਹੀ ਚਲੇ ਜਾਣਾ ਹੈਗਾ। ਇਮੀਡੀਏਟ ਫੈਮਿਲੀ ਦੇ ਨਾਲ ਬੜਾ ਅੱਛਾ ਸਮੇਂ ਹੈਗਾ ਇਸ ਵੀਕ ਦੇ ਵਿੱਚ, ਕਹਿ ਲਓ ਕਿ ਬੜੀ ਸਪੋਰਟਿੰਗ ਤੁਹਾਡੀ ਆਪਣੀ ਅਤੇ ਤੁਹਾਡੇ ਜੀਵਨ ਸਾਥੀ ਦੀ ਨੇਚਰ ਰਹੇਗੀ। ਇੱਕ ਦੂਜੇ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਸਪੋਰਟ ਕਰੋਗੇ, ਸਪੈਸ਼ਲੀ ਜਦੋਂ ਮੈਂ ਕਿਹਾ ਕਿ ਬਿਜ਼ਨਸ ਵਿੱਚ ਕੁਝ ਮੁਸ਼ਕਲਾਂ ਆ ਰਹੀਆਂ ਨੇ, ਅਤੇ ਜ਼ਰੂਰ ਉਸ ਸਪੋਰਟ ਨੂੰ ਲਓ ਅਤੇ ਐਪਰੀਸ਼ੀਏਟ ਕਰੋ ਤੁਸੀਂ ਆਪਣੇ ਪਾਰਟਨਰ ਦੀ ਸਪੋਰਟ ਨੂੰ। ਹੈਲਥ ਵਿੱਚ ਕੁਛ ਨਾ ਕੁਛ ਮੈਂਟਲੀ ਦੈਨ ਐਗਜੈਕਟਲੀ ਫਿਜ਼ੀਕਲ ਕਹਿ ਲਓ ਕਿ ਤੁਸੀਂ ਐਗਜ਼ੌਸਟ ਫੀਲ ਕਰ ਸਕਦੇ ਹੋ ਕਿ ਬਹੁਤ ਮਿਹਨਤ ਕਰ ਰਿਹਾ ਹੈਗਾ ਮੈਂ ਕੰਮ ਵਾਸਤੇ, ਕੰਮ ਨਹੀਂ ਬਣ ਪਾ ਰਿਹਾ, ਦਿਮਾਗ ਤੁਹਾਡਾ ਥੱਕਿਆ ਹੋਇਆ ਬਹੁਤ ਜ਼ਿਆਦਾ, ਦੈਨ ਆਈ ਗੈਸ ਤੁਹਾਨੂੰ ਇੱਕ ਬ੍ਰੇਕ ਦੀ ਲੋੜ ਹੈਗੀ ਹੈ। ਸਿਰਫ ਉਸ ਚੀਜ਼ ਦਾ ਧਿਆਨ ਰੱਖੋ, ਆਪਣੇ ਆਪ ਨੂੰ ਓਵਰ ਐਗਜ਼ਰਸ਼ਨ ਨਹੀਂ ਕਰਨ ਦੀ ਕੋਸ਼ਿਸ਼ ਕਰੋ। ਸਿਰਫ ਇਹ ਚੀਜ਼ ਦਾ ਧਿਆਨ ਰੱਖਣ ਵਾਲਾ ਕਰੀਅਰ ਔਰ ਸਟੂਡੈਂਟ ਵਾਸਤੇ ਕੁਛ ਚੇਂਜਿਸ ਐਕਸਪੈਕਟ ਨਹੀਂ ਕਰ ਰਹੇ ਹੈਗੇ ਹੋ। ਜੋ ਤੁਹਾਡਾ ਨੋਰਮਲ ਰੂਟੀਨ ਹੈਗਾ, ਜੋ ਤੁਸੀਂ ਜੋਬਸ ਹੈਗੇ ਹੋ, ਬਿਜ਼ਨਸ ਹੈਗੇ ਹੋ ਜਾਂ ਫਿਰ ਪੜ੍ਹਾਈ ਕਰ ਰਹੇ ਹੈਗੇ ਹੋ, ਆਪਣੇ ਉਹਨਾਂ ਕੰਮਾਂ ਦੇ ਉੱਪਰ ਫੋਕਸ ਕਰਕੇ ਤੁਸੀਂ ਨਿਰੰਤਰ ਅੱਗੇ ਵਧਦੇ ਰਹੋ, ਅਤੇ ਰੱਬ ਦੀ ਮਿਹਰ ਹੋਏਗੀ, ਸਭ ਕਾਰਜ ਤੁਹਾਡੇ ਆਪੇ ਹੀ ਸਿੱਧੇ ਹੋਈ ਜਾਣਗੇ। ਲੱਕੀ ਕਲਰ ਤੁਹਾਡੇ ਵਾਸਤੇ ਇਸ ਹਫ਼ਤੇ ਲਈ ਰਹਿਣ ਵਾਲਾ ਹੈਗਾ ਗ੍ਰੀਨ, ਅਤੇ ਲੱਕੀ ਨੰਬਰ ਰਹਿਣ ਵਾਲਾ ਹੈਗਾ ਨੰਬਰ 6। ਰਾਸ਼ੀ ਚੱਕਰ ਦੀ 7ਵੀਂ ਰਾਸ਼ੀ ਤੁਲਾ ਰਾਸ਼ੀ ਯਾਨੀ ਕਿ ਲਿਬਰਾ। ਜੇ ਤੁਹਾਡਾ ਜਨਮ ਹੋਇਆ ਹੈ ਸਪਟੈਂਬਰ 23 ਤੋਂ ਲੈ ਕੇ ਅਕਤੂਬਰ 23 ਦੇ ਵਿੱਚ, ਤਾਂ ਤੁਹਾਡੀ ਇਹ ਰਾਸ਼ੀ ਬਣਦੀ ਹੈ। ਆਪ ਦੇਖਦੇ ਹਾਂ ਸਭ ਤੋਂ ਪਹਿਲੇ ਤੁਹਾਡੇ ਗ੍ਰਹਿ ਇਸ ਹਫ਼ਤੇ ਲਈ ਤੁਹਾਡੇ ਬਿਜ਼ਨਸ ਵਾਸਤੇ ਕਿਸੇ ਚਾਲ ਲੈ ਕੇ ਆ ਰਹੇ ਨੇ। ਵਪਾਰ ਦੇ ਵਿੱਚ ਖੁਸ਼ੀ ਦੀ ਗੱਲ ਹੈਗੀ ਹੈ, ਕਹਿ ਲਓ ਕਿ ਜ਼ਬਰਦਸਤ ਕੁਛ ਮੁਨਾਫਾ, ਕੁਛ ਪ੍ਰੋਫਿਟ ਤੁਹਾਡਾ ਬਿਜ਼ਨਸ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹੈਗਾ। ਤੁਹਾਡਾ ਆਪਣਾ ਬਿਜ਼ਨਸ ਬੜੇ ਚਿਰਾਂ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਸੀ, ਕੁਛ ਕਹਿ ਲਓ ਕਿ ਓਵਰਸੀਜ਼ ਜਾਂ ਦੂਸਰੀ ਕੰਟਰੀਆਂ ਦੇ ਵਿੱਚ ਕਨੈਕਸ਼ਨ ਬਣਾਉਣ ਦੀ, ਇਸ ਹਫ਼ਤੇ ਦੇ ਵਿੱਚ ਕੁਛ ਉਹ ਯੋਗ ਬਣ ਰਹੇ ਨੇ ਤੁਹਾਡੇ, ਅਤੇ ਤੁਹਾਨੂੰ ਜ਼ਰੂਰ ਬਿਜ਼ਨਸ ਐਕਸਪੈਂਸ਼ਨ ਦੇ ਬੜੇ ਸੋਹਣੇ ਪਲਾਨ ਮਿਲਣਗੇ।
ਬੜਾ ਸੋਚ ਸਮਝ ਕੇ ਕੁਛ ਵੀ ਮਿਲਦਾ ਹੈਗਾ ਤਾਂ ਜ਼ਰੂਰ ਇਸ ਦੇ ਬਾਰੇ ਕੋਸ਼ਿਸ਼ ਕਰੋ ਅਤੇ ਜ਼ਰੂਰ ਤੁਹਾਨੂੰ ਰੱਬ ਦੀ ਮਿਹਰ ਹੋਏਗੀ ਅਤੇ ਸਫਲਤਾ ਤੁਹਾਨੂੰ ਉੱਥੇ ਮਿਲੇਗੀ। ਹੈਲਥ ਵਾਸਤੇ ਸਿਹਤ ਬਹੁਤ ਸੋਹਣੀ ਰਹਿਣ ਵਾਲੀ ਹੈਗੀ ਹੈ, ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ, ਕੁਛ ਪੈਰਾਂ ਤੋਂ ਸੰਬੰਧਿਤ ਤੁਹਾਨੂੰ ਕੋਈ ਮੁਸ਼ਕਲਾਂ ਆ ਸਕਦੀਆਂ ਨੇ। ਇੱਕ ਵੀ ਐਰੀਥਿੰਗ ਮੇ ਵੀ ਚੱਲਦੇ ਫਿਰਦੇ ਕੋਈ ਥੋੜ੍ਹੀ ਬਹੁਤੀ ਮੋਚ ਵੀ ਆ ਸਕਦੀ ਹੈਗੀ ਹੈ, ਮਸਲ ਪੇਨ ਹੋ ਸਕਦੀ ਹੈਗੀ, ਅਤੇ ਜ਼ਰੂਰ ਧਿਆਨ ਰੱਖੋ ਉਹਨਾਂ ਗੱਲਾਂ ਦਾ, ਨੱਠਣ ਭੱਜਣ ਚੱਕਰ ਕੋਈ ਗਿਰ ਗਿਰ ਕੇ ਚੋਟ ਤੁਸੀਂ ਨਾ ਖਾ ਲਈਓ। ਉਸ ਤੋਂ ਬਾਅਦ ਗੱਲ ਕਰੀਏ ਐਕਸਟੈਂਡਡ ਫੈਮਿਲੀ ਦੇ ਵਿੱਚ, ਕਿਸੇ ਵੀ ਸਿਆਣੇ ਬਿਆਣੇ ਦੇ ਕਰਕੇ ਤੁਹਾਨੂੰ ਕੁਛ ਮੁਸ਼ਕਲਾਂ ਆ ਸਕਦੀਆਂ ਨੇ, ਯਾਨੀ ਕਿ ਚਲੋ ਕਿ ਜਿੱਦਾਂ ਘਰ ਦੇ ਵੱਡੇ ਕੁਛ ਸਿਆਣੇ ਹੀ ਹੁੰਦੇ ਹੈਗੇ ਆ, ਸਾਡੇ ਕੋਲੋਂ ਕੁਛ ਐਕਸਪੈਕਟ ਕਰ ਰਹੇ ਆ ਅਤੇ ਅਸੀਂ ਨਹੀਂ ਕਰ ਪਾ ਰਹੇ ਹੈਗੇ, ਉਹਨਾਂ ਦੀ ਐਕਸਪੈਕਟੇਸ਼ਨ ਵੱਧ ਵੀ ਜਾਂਦੀ ਹੈ, ਔਰ ਸਮ ਹਾਓ ਕਈ ਵਾਰੀ ਐਸਾ ਵੀ ਹੁੰਦਾ ਕੰਪਲੀਟਲੀ ਤੁਹਾਨੂੰ ਇਗਨੋਰ ਵੀ ਕਰ ਦਿੰਦੇ ਆ, ਬਈ ਯਾਰ ਇਹ ਮੇਰਾ ਕੰਮ ਨਹੀਂ ਕਰ ਸਕਦਾ, ਮੇਰੇ ਕਿਸੇ ਕੰਮ ਦਾ ਨਹੀਂ ਹੈਗਾ। ਅਤੇ ਤੁਹਾਨੂੰ ਇੱਕ ਤਰੀਕੇ ਦਾ ਸਾਇਲੈਂਟ ਟ੍ਰੀਟਮੈਂਟ ਤੁਹਾਡੇ ਸਿਆਣਿਆਂ ਵੱਡਿਆਂ ਕੋਲੋਂ ਮਿਲ ਸਕਦਾ ਹੈਗਾ। ਜੇ ਕੁਛ ਵੀ ਐਸੀ ਸਿਚੁਏਸ਼ਨ ਹੋ ਰਹੀ ਹੈਗੀ ਹੈ ਤਾਂ ਜ਼ਰੂਰ ਕਹਿ ਲਓ ਕਿ ਚੁੱਕ ਕੇ ਜਾਓ, ਮਾਫੀ ਮੰਗ ਲਓ, ਤੁਹਾਡਾ ਕੰਮ ਸੌਖਾ ਹੋ ਜਾਏਗਾ ਅਤੇ ਪਰਿਵਾਰ ਵਿੱਚ ਵੀ ਸੁੱਖ ਸ਼ਾਂਤੀ ਹੀ ਬਣੀ ਰਹੇਗੀ ਤੁਹਾਡੀ। ਉਸ ਤੋਂ ਬਾਅਦ ਇਮੀਡੀਏਟ ਫੈਮਿਲੀ ਦੇ ਵਿੱਚ ਸਮੇਂ ਬਹੁਤ ਸੋਹਣਾ ਜਾ ਰਿਹਾ ਹੈਗਾ। ਇਸ ਹਫ਼ਤੇ ਦੇ ਵਿੱਚ ਤੁਸੀਂ ਆਪਣੇ ਜੀਵਨ ਸਾਥੀ ਨਾਲ ਬੜਾ ਹੀ ਸਪਿਰਚੁਅਲ ਜਾਂ ਕੁਛ ਕਹਿ ਲਓ ਕਿ ਟਾਈਮ ਬਿਤਾਉਣ ਵਾਲੇ ਹੈਗੇ, ਯਾਨੀ ਕਿ ਕੁਝ ਧਾਰਮਿਕ ਥਾਵਾਂ 'ਤੇ ਤੁਹਾਡੇ ਚੱਕਰ ਲੱਗ ਸਕਦੇ ਨੇ, ਉੱਥੇ ਤੁਸੀਂ ਮੱਥਾ ਟੇਕਣ ਜਾ ਸਕਦੇ ਹੈਗੇ, ਕੁਝ ਧਾਰਮਿਕ ਕੰਮਾਂ ਦੇ ਵਿੱਚ ਕੁਛ ਆਪਣੇ ਆਪ ਨੂੰ ਜ਼ਿਆਦਾ ਤੁਸੀਂ ਐਕਟਿਵ ਰੱਖ ਸਕਦੇ ਹੈਗੇ ਹੋ। ਨੌਕਰੀ ਦੀ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ, ਜ਼ਰੂਰ ਕਰੋ, ਹਫ਼ਤੇ ਵਿੱਚ ਸਮੇਂ ਬੜਾ ਅੱਛਾ ਹੈਗਾ, ਤੁਹਾਨੂੰ ਬਹੁਤ ਹੀ ਪੋਜ਼ਿਟਿਵ ਰਿਜ਼ਲਟਸ ਤੁਹਾਨੂੰ ਆਪਣੀ ਕੋਸ਼ਿਸ਼ਾਂ ਤੋਂ ਮਿਲ ਸਕਦੇ ਨੇ। ਸਟੂਡੈਂਟਸ ਵਾਸਤੇ ਵੀ ਐਸੇ ਕੁਛ ਸਮੇਂ ਮਿਹਨਤ ਕਰਦੇ ਰਹੋ, ਬੜੇ ਚਿਰਾਂ ਤੋਂ ਵੇਟ ਕਰਦੇ ਸੀ ਕੁਛ ਰਿਜ਼ਲਟਸ ਦੀ, ਇਸ ਹਫ਼ਤੇ ਦੇ ਵਿੱਚ ਰਿਜ਼ਲਟਸ ਤੁਹਾਡੀ ਫੇਵਰ ਵਿੱਚ ਆਉਣ ਵਾਲੇ ਨੇ। ਲੱਕੀ ਕਲਰ ਇਸ ਹਫ਼ਤੇ ਵਿੱਚ ਤੁਹਾਡੇ ਵਾਸਤੇ ਲੈਣ ਵਾਲਾ ਹੈਗਾ ਡਾਰਕ ਗ੍ਰੇ, ਅਤੇ ਲੱਕੀ ਨੰਬਰ ਲੈਣ ਵਾਲਾ ਹੈਗਾ ਨੰਬਰ 9। ਵ੍ਰਿਸ਼ਚਿਕ ਰਾਸ਼ੀ, ਰਾਸ਼ੀ ਚੱਕਰ ਦੀ ਅਗਲੀ ਰਾਸ਼ੀ ਵ੍ਰਿਸ਼ਚਿਕ ਰਾਸ਼ੀ, ਜੇ ਤੁਹਾਡਾ ਜਨਮ ਹੋਇਆ ਅਕਟੂਬਰ 24th ਯਾਨੀ 24 ਤੋਂ ਲੈ ਕੇ ਨਵੰਬਰ 22 ਦੇ ਵਿੱਚ, ਤੁਹਾਡੀ ਰਾਸ਼ੀ ਬਣਦੀ ਹੈ ਵ੍ਰਿਸ਼ਚਿਕ ਯਾਨੀ ਕਿ ਸਕੋਰਪੀਓ। ਆਓ ਸ਼ੁਰੂਆਤ ਕਰਦੇ ਹੈਗੇ ਹਾਂ ਇਸ ਰਾਸ਼ੀ ਵਾਸਤੇ ਵੀ, ਜਿੱਦਾਂ ਅਸੀਂ ਕਿ ਹਮੇਸ਼ਾ ਹੀ ਕਰਦੇ ਹੈਗੇ ਹਾਂ ਬਿਜ਼ਨਸ ਦੀ, ਤੁਹਾਡਾ ਬਿਜ਼ਨਸ ਸਿਰਫ ਇੱਕ ਬਿਜ਼ਨਸ ਗ੍ਰਹਿ ਤੁਹਾਡੇ ਵਾਸਤੇ ਕਹਿ ਲਓ ਕਿ ਇੱਕ ਇਸ਼ਾਰਾ ਲੈ ਕੇ ਆ ਰਿਹਾ ਹੈ, ਜਿਤਨੀ ਵੀ ਤੁਹਾਡੀ ਸੇਵਿੰਗ ਹੈਗੀ ਹੈ, ਜੇ ਸਮ ਹਾਓ ਯੂ ਸੀ ਕਿ ਤੁਸੀਂ ਇਸ ਸਿਚੁਏਸ਼ਨ ਵਿੱਚ ਹੈਗੇ ਹੋ ਕਿ ਤੁਹਾਨੂੰ ਪੈਸਾ ਲਗਾਉਣਾ ਹੈਗਾ ਆਪਣੇ ਬਿਜ਼ਨਸ 'ਤੇ ਹੋਰ ਵੀ ਜ਼ਿਆਦਾ, ਅਤੇ ਲੇਕਿਨ ਜਿਤਨਾ ਵੀ ਤੁਹਾਡੇ ਕੋਲ ਬਿਜ਼ਨਸ ਫੰਡਿੰਗ ਸੀਗੀ ਉਹ ਖਤਮ ਹੋ ਚੁੱਕੀ ਹੈਗੀ ਹੈ, ਅਤੇ ਹੁਣ ਤੁਹਾਡੇ ਕੋਲ ਕੋਈ ਚੋਇਸ ਨਹੀਂ ਹੈਗੀ ਹੈ ਐਕਸੈਪਟ ਯੂਜ਼ਿੰਗ ਯੂਅਰ ਸੇਵਿੰਗਸ। ਬਹੁਤ ਹੀ ਸੋਚ ਸਮਝ ਕੇ ਤੁਸੀਂ ਇਸ ਸੇਵਿੰਗ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਹੈ, ਕਿਉਂਕਿ ਦੇਰ ਇਜ਼ ਅ ਵੈਰੀ ਗੁੱਡ ਚਾਂਸ ਸਪੈਸ਼ਲੀ ਇਸ ਹਫ਼ਤੇ ਦੇ ਦੌਰਾਨ, ਕਿਉਂਕਿ ਅਸੀਂ ਸਪਤਾਹਿਕ ਰਾਸ਼ੀਫਲ ਦਾ ਹੀ ਹੁੰਦਾ ਕਿ ਇਸ ਵੀਕ ਦੇ ਦੌਰਾਨ ਤੁਹਾਨੂੰ ਐਸੇ ਕੁਛ ਰਸਤੇ ਮਿਲ ਸਕਦੇ ਹੈਗੇ, ਕੁਛ ਐਸੀ ਸਿਚੁਏਸ਼ਨ ਨੂੰ ਫੇਸ ਕਰਨਾ ਪੈ ਸਕਦਾ ਹੈਗਾ, ਕਿਉਂਕਿ ਇਸ ਹਫ਼ਤੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਇਨਵੈਸਟਮੈਂਟ ਤੁਹਾਡੇ ਬਿਜ਼ਨਸ ਦੇ ਵਿੱਚ ਮਾਈਟ ਨਾਟ ਗਿਵ ਯੂ ਅ ਗੁੱਡ ਰਿਟਰਨ, ਸਪੈਸ਼ਲੀ ਫੋਰ ਅ ਸ਼ੋਰਟ ਟਰਮ। ਸੋ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਹੈਗਾ, ਅਤੇ ਜਿਹੜੀ ਔਖੇ ਵੇਲੇ ਵਾਸਤੇ ਕਮਾਈ ਰੱਖੀ ਹੈ ਉਹਨੂੰ ਕੋਸ਼ਿਸ਼ ਕਰੋ ਬਚਾ ਕੇ ਰੱਖੋ। ਤੁਸੀਂ ਐਕਸਟੈਂਡਡ ਫੈਮਿਲੀ ਦੇ ਵਿੱਚ ਚਲਦੇ ਫਿਰਦੇ ਬਹੁਤ ਤੁਹਾਡੀ ਨਟਪਾ ਜ਼ਿਆਦਾ ਰਹਿਣੀ ਹੈ ਕਿ ਕੁਛ ਖਰਚੇ ਤੁਹਾਡੇ ਸਿਰ 'ਤੇ ਪੈ ਸਕਦੇ ਨੇ, ਕੋਈ ਪਰਿਵਾਰ ਦਾ ਵੱਡਾ ਜਾਂ ਭੈਣ ਭਰਾ ਕੋਈ ਤੁਹਾਡੇ ਕੋਲ ਕੁਛ ਉਮੀਦ ਵੀ ਰੱਖ ਸਕਦਾ ਹੈਗਾ ਕਿ ਸਾਨੂੰ ਕੁਛ ਪੈਸੇ ਦੀ ਲੋੜ ਹੈਗੀ ਹੈ, ਐਂਡ ਯੂਅਰ ਗਨ ਬੀ ਸਪੋਰਟਿਵ, ਦੈਟਸ ਵਨ ਥਿੰਗ। ਉਸ ਤੋਂ ਬਾਅਦ ਜੀਵਨ ਸਾਥੀ ਲਈ ਸਮੇਂ ਬੜਾ ਅੱਛਾ ਹੈਗਾ ਤੁਹਾਡਾ, ਕਹਿ ਲਓ ਕਿ ਬਹੁਤ ਹੀ ਪਿਆਰ ਭਰਾ ਸਮੇਂ ਇਸ ਜੀਵਨ ਸਾਥੀ ਨਾਲ ਮਿਲ ਸਕਦਾ ਹੈਗਾ, ਬਹੁਤ ਹੀ ਉੱਥੋਂ ਤੁਹਾਨੂੰ ਇੱਕ ਮੋਰਲ ਸਪੋਰਟ ਇਸ ਹਫ਼ਤੇ ਦੇ ਵਿੱਚ ਮਿਲਣ ਵਾਲੀ ਹੈ ਜੋ ਕਿ ਤੁਸੀਂ ਐਕਸਪੈਕਟ ਵੀ ਨਹੀਂ ਕਰ ਰਹੇ ਹੋਵੋਗੇ। ਤਾਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਸਿਹਤ ਲਈ, ਸਿਹਤ ਨੂੰ ਲੈ ਕੇ ਲਾਪਰਵਾਹੀ ਨਹੀਂ ਕਰਨੀ ਹੈਗੀ, ਸਪੈਸ਼ਲੀ ਫੋਰ ਦ ਪੀਪਲ ਜਿਨ੍ਹਾਂ ਨੂੰ ਕੁਛ ਵੀ ਐਗਜਿਸਟਿੰਗ ਡਿਜ਼ੀਜ਼ ਹੈਗੀ, ਯਾਨੀ ਕਿ ਛੋਟੀ ਮੋਟੀ ਕੋਈ ਪਰੇਸ਼ਾਨੀ ਹੈਗੀ ਜਿਹੜੀ ਲੌਂਗ ਟਰਮ ਤੋਂ ਚੱਲਦੀ ਆ ਰਹੀ ਹੈਗੀ, ਔਰ ਮੇ ਬੀ ਯੂ ਹੈਵ ਅ ਸਮ ਕਾਇੰਡ ਆਫ ਲੌਂਗ ਟਰਮ ਇਲਨੈਸ, ਜਿਹਦਾ ਕਿ ਲੌਂਗ ਟਰਮ ਤੱਕ ਇਲਾਜ ਚੱਲਣ ਵਾਲਾ ਹੈਗਾ। ਦਵਾਈਆਂ ਰੈਗੂਲਰ ਸਮੇਂ 'ਤੇ ਖਾਂਦੇ ਰਹੋ, ਜੇ ਕੁਛ ਵੀ ਸਕਿਪ ਕਰੋਗੇ ਕੁਛ ਮੁਸ਼ਕਲਾਂ ਆ ਸਕਦੀਆਂ ਨੇ। ਇਹ ਤੁਹਾਡੇ ਵਾਸਤੇ ਸਾਡੇ ਵੱਲੋਂ ਕਹਿ ਲਓ ਕਿ ਇੱਕ ਇਸ਼ਾਰਾ ਹੈਗਾ ਤੁਹਾਨੂੰ ਦੱਸਣਾ ਚਾਹ ਰਹੇ ਹੈਗੇ ਸੀ, ਅਤੇ ਜ਼ਰੂਰ ਦਵਾਈਆਂ ਨੂੰ ਰੈਗੂਲਰ ਕਰੋ। ਕਰੀਅਰ ਦੇ ਵਿੱਚ ਬਹੁਤ ਵਾਰੀ ਐਸਾ ਹੁੰਦਾ ਹੈਗਾ ਕਿ ਅਸੀਂ ਵਰਕ ਪਲੇਸ 'ਤੇ ਬਹੁਤ ਸਾਰੀ ਮਿਹਨਤਾਂ ਕੀਤੀਆਂ ਹੁੰਦੀਆਂ, ਕੁਛ ਖਾਸ ਟਾਰਗੇਟਸ ਅਚੀਵ ਕੀਤੇ ਹੁੰਦੇ ਹੈਗੇ ਆਪਣੇ ਪਾਸਟ ਵਿੱਚ, ਜਿਹਦੇ ਵਾਸਤੇ ਕਿ ਤੁਹਾਨੂੰ ਬਹੁਤ ਜ਼ਿਆਦਾ ਇੱਕ ਕ੍ਰੈਡਿਟ ਨਹੀਂ ਮਿਲਿਆ ਹੁੰਦਾ ਹੈਗਾ। ਇਹ ਸਮੇਂ ਤੁਹਾਡੇ ਵਾਸਤੇ ਅੱਛਾ ਹੈ, ਇਸ ਹਫ਼ਤੇ ਦੇ ਵਿੱਚ ਤੁਹਾਡਾ ਪਹਿਲੇ ਦਾ ਕੀਤਾ ਹੋਇਆ ਅੱਛਾ ਕੰਮ ਤੁਹਾਨੂੰ ਇੱਕ ਪਹਿਚਾਣ ਦਿਲਾਏਗਾ। ਸਟੂਡੈਂਟਸ ਵਾਸਤੇ ਵੀ ਕੁਛ ਐਸਾ ਹੈਗਾ, ਜਿਹੜੇ ਰੀਸੈਂਟਲੀ ਜੋਬ ਜਿਨ੍ਹਾਂ ਨੇ ਜੁਆਇਨ ਕੀਤੀ ਹੈਗੀ, ਉਹਨਾਂ ਵਾਸਤੇ ਸਮੇਂ ਅੱਛਾ ਹੈਗਾ ਕਿ ਕਹਿ ਲਓ ਕਿ ਤੁਹਾਡੇ ਗ੍ਰਹਿ ਤੁਹਾਡੇ ਨਾਲ ਹੈਗੇ ਨੇ, ਥੋੜ੍ਹਾ ਵੀ ਕੰਮ ਕਰੋਗੇ ਉਹ ਜ਼ਿਆਦਾ ਬਣ ਕੇ ਲੋਕਾਂ ਦੀ ਨਜ਼ਰ ਵਿੱਚ ਆਏਗਾ, ਅਤੇ ਜ਼ਰੂਰ ਆਪਣੀ ਮਿਹਨਤ ਨੂੰ ਤੁਸੀਂ 4 ਗੁਣਾ ਕਰ ਦਿਓ ਅਤੇ ਪੋਜ਼ਿਟਿਵ ਰਿਜ਼ਲਟਸ ਨੂੰ ਜ਼ਰੂਰ ਇੰਜੋਏ ਕਰੋ। ਲੱਕੀ ਕਲਰ ਇਸ ਹਫ਼ਤੇ ਵਾਸਤੇ ਤੁਹਾਡੇ ਲਈ ਰਹਿਣ ਵਾਲਾ ਹੈਗਾ ਡਾਰਕ ਬਲੂ, ਅਤੇ ਲੱਕੀ ਨੰਬਰ ਰਹਿਣ ਵਾਲਾ ਹੈਗਾ ਨੰਬਰ 3।
ਧਨੂ ਰਾਸ਼ੀ ਰਾਸ਼ੀ ਚੱਕਰ ਦੀ 9ਵੀਂ ਰਾਸ਼ੀ ਧਨੂ ਯਾਨੀ ਕਿ ਸੈਜੀਟੇਰੀਅਸ ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ, ਜੇ ਤੁਹਾਡਾ ਜਨਮ ਹੋਇਆ ਨਵੰਬਰ 23 ਤੋਂ ਲੈ ਕੇ ਦਸੰਬਰ 21 ਦੇ ਵਿੱਚ ਤੁਹਾਡੀ ਇਹ ਰਾਸ਼ੀ ਬਣਦੀ ਹੈਗੀ ਹੈ। ਤਾਂ ਉਹ ਗੱਲ ਕਰੀਏ ਸਭ ਤੋਂ ਪਹਿਲੇ ਤੁਹਾਡੇ ਵਾਸਤੇ ਕਿਸ ਤਰੀਕੇ ਦੇ ਯੋਗ ਲੈ ਕੇ ਆ ਰਹੇ ਨੇ ਤੁਹਾਡੇ ਗ੍ਰਹਿ, ਇਸਪੈਸ਼ਲੀ ਤੁਹਾਡੇ ਬਿਜ਼ਨਸ ਲਈ। ਆਓ ਜੇ ਬਿਜ਼ਨਸ ਦੀ ਗੱਲ ਕਰੀਏ, ਤੁਹਾਡੇ ਵਾਸਤੇ ਇੱਕ ਕਹਿ ਲਓ ਕਿ ਇੱਕ ਇਸ਼ਾਰਾ ਹੈਗਾ, ਇੱਕ ਤੁਹਾਨੂੰ ਰਸਤਾ ਦਿਖਾਇਆ ਜਾ ਰਿਹਾ ਹੈਗਾ। ਤੁਹਾਡੇ ਗ੍ਰਹਿ ਤੁਹਾਨੂੰ ਦੱਸ ਰਹੇ ਨੇ ਕਿ ਅਗਰ ਤੁਹਾਡਾ ਬਿਜ਼ਨਸ ਇਸ ਹਫ਼ਤੇ ਵਿੱਚ ਨਹੀਂ ਚੱਲ ਪਾ ਰਿਹਾ ਔਰ ਤੁਸੀਂ ਸਟਰਗਲ ਕਰ ਰਹੇ ਹੋ ਕਾਫੀ ਲੰਬੇ ਟਾਈਮ ਤੋਂ, ਸੋ ਯੂ ਮਾਈਟ ਨੀਡ ਟੂ ਲਾਈਕ ਰੀਥਿੰਕ ਅਬਾਊਟ ਇਟ ਕਿ ਮੈਨੂੰ ਕੀ ਕਰਨਾ ਚਾਹੀਦਾ। ਸੋ ਦੇਰ ਇਜ਼ ਅ ਗੁੱਡ ਚਾਂਸ ਕਿ ਇੰਸਟਿਡ ਆਫ ਪੁਰਿੰਗ ਮੋਰ ਮਨੀ ਇਨ ਟੂ ਇਟ, ਜਿੱਥੇ ਕਿ ਆਲਰੇਡੀ ਤੁਸੀਂ ਡੈਟ ਵਿੱਚ ਹੈਗੇ ਹੋ, ਸ਼ਾਇਦ ਤੁਸੀਂ ਉਸਨੂੰ ਰੋਕ ਸਕਦੇ ਹੈਗੇ ਹੋ। ਟਰਾਈ ਟੂ ਟੇਕ ਅ ਬ੍ਰੇਕ, ਜ਼ਿਆਦਾ ਪੈਸਾ ਬਿਲਕੁਲ ਬਿਜ਼ਨਸ ਨਹੀਂ ਪਾਉਣਾ ਇਸ ਬਿਜ਼ਨਸ ਇਸ ਸਮੇਂ ਦੌਰਾਨ, ਸਪੈਸ਼ਲੀ ਇਸ ਹਫ਼ਤੇ ਦੇ ਦੌਰਾਨ। ਲੇਕਿਨ ਜੋ ਯੋਗ ਨਜ਼ਰ ਆ ਰਹੇ ਨੇ, ਗ੍ਰਹਿ ਜਿਸ ਤਰੀਕੇ ਦੀ ਚਾਲ ਜਾਂ ਸਥਿਤੀ ਬਣਾ ਰਹੇ ਨੇ, ਇੱਦਾਂ ਲੱਗ ਰਿਹਾ ਕਿ ਸ਼ਾਇਦ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਇਹ ਫੇਸ ਕਰ ਰਹੇ ਹੈਗੇ ਪਰੇਸ਼ਾਨੀ। ਅਤੇ ਜ਼ਰੂਰ ਦੁਬਾਰਾ ਸੋਚੋ ਇਸ ਬਾਰੇ ਕਿ ਕਿਆ ਤੁਹਾਨੂੰ ਹੋਰ ਪੈਸਾ ਇਹਦੇ ਵਿੱਚ ਪਾਉਣਾ ਚਾਹੀਦਾ। ਜੇ ਪਾਓਗੇ ਤਾਂ ਉਹਦਾ ਕਿਤਨਾ ਕਸਰ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਹੋ ਰਿਹਾ, ਸਿਰਫ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਅਦਰ ਦੈਨ ਦੈਟ ਦੇਰ ਇਜ਼ ਨਥਿੰਗ ਐਲਸ ਆਈ ਕੈਨ ਸੇ। ਹੋਰ ਕੁਛ ਤੁਹਾਡੇ ਗ੍ਰਹਿ ਤੁਹਾਡੇ ਬਿਜ਼ਨਸ ਵਾਸਤੇ ਇਸ਼ਾਰਾ ਨਹੀਂ ਦੇ ਰਹੇ ਨੇ। ਹੈਲਥ ਵਾਸਤੇ ਇਹਦਾ ਅਸਰ ਤੁਹਾਡੀ ਹੈਲਥ 'ਤੇ ਵੀ ਹੋ ਰਿਹਾ ਹੈਗਾ, ਸਪੈਸ਼ਲੀ ਤੁਹਾਨੂੰ ਮੈਂਟਲ ਸਟ੍ਰੈਸ ਬਹੁਤ ਜ਼ਿਆਦਾ ਹੋ ਰਹੀ ਹੈਗੀ ਹੈ, ਔਰ ਜਿਸ ਕਰਕੇ ਤੁਹਾਨੂੰ ਇੰਟਰਨਲੀ ਫੀਲਿੰਗ ਆ ਵੀ ਰਹੀ ਹੈਗੀ ਕਿ ਲਾਈਕ ਦਿਸ ਇਜ਼ ਨਾਟ ਵਰਕਿੰਗ ਆਊਟ। ਯਾਨੀ ਕਿ ਜੇ ਵਪਾਰ ਅੱਛਾ ਨਹੀਂ ਚੱਲ ਰਿਹਾ ਤਾਂ ਉਹਦਾ ਅਸਰ ਜੇ ਸਿਹਤ 'ਤੇ ਪੈਂਦਾ, ਸਿਹਤ 'ਤੇ ਫਰਸਟ੍ਰੇਸ਼ਨ ਆਉਂਦੀ ਹੈ, ਉਹ ਫਰਸਟ੍ਰੇਸ਼ਨ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰਾਂ 'ਤੇ ਵੀ ਜਾ ਸਕਦੀ ਹੈਗੀ, ਜਿਸ ਕਰਕੇ ਤੁਹਾਡਾ ਦੰਪਤਯ ਜੀਵਨ ਸਾਥੀ ਦੇ ਨਾਲ ਤੁਹਾਡੇ ਫੈਮਿਲੀ ਦੇ ਨਾਲ ਤੁਹਾਨੂੰ ਕੁਝ ਮੁਸ਼ਕਲਾਂ ਭਰਿਆ ਸਮੇਂ ਫੇਸ ਕਰਨਾ ਪੈ ਸਕਦਾ ਹੈਗਾ। ਅਤੇ ਜ਼ਰੂਰ ਸੋਚ ਸਮਝ ਕੇ ਕੁਝ ਵੀ ਐਸਾ ਜੇ ਤੁਹਾਡੇ ਨਾਲ ਵਾਪਰ ਰਿਹਾ ਵਾ ਤਾਂ ਤੁਸੀਂ ਜ਼ਰੂਰ ਫੈਸਲਾ ਲਓ। ਉਸ ਤੋਂ ਬਾਅਦ ਗੱਲ ਕਰੀਏ ਤੁਹਾਡੇ ਕਰੀਅਰ ਦੀ, ਜਿਹੜੇ ਵੀ ਨੌਕਰੀ ਵਿੱਚ ਹੈਗੇ ਨੇ ਪ੍ਰਮੋਸ਼ਨ ਦੀ ਭਾਲ ਕਰ ਰਹੇ ਨੇ, ਸਮੇਂ ਬੜਾ ਹੀ ਔਖਾ ਹੈਗਾ, ਸੇਮ ਪਲੇਸ ਦੇ ਉੱਪਰ ਤੁਹਾਨੂੰ ਪ੍ਰਮੋਸ਼ਨ ਨਹੀਂ ਮਿਲੇਗੀ। ਲੇਕਿਨ ਜੇ ਤੁਸੀਂ ਨੌਕਰੀ ਨੂੰ ਕੁਝ ਵੀ ਚੇਂਜ ਕਰਨ ਦੀ ਕੋਸ਼ਿਸ਼ ਕਰੋਗੇ, ਦੇਰ ਇਜ਼ ਅ ਵੈਰੀ ਗੁੱਡ ਚਾਂਸ ਯੂ ਮਾਈਟ ਹਿੱਟ ਸਮਥਿੰਗ ਬੈਟਰ। ਅਤੇ ਜ਼ਰੂਰ ਕੋਸ਼ਿਸ਼ ਕਰੋ। ਸਟੂਡੈਂਟਸ ਵਾਸਤੇ ਮਿਹਨਤ ਦੀ ਲੋੜ ਹੈਗੀ ਹੈ, ਬਹੁਤ ਮਿਹਨਤਾਂ ਕੀਤੀਆਂ, ਤੁਸੀਂ ਉਮੀਦ ਕਰ ਰਹੇ ਸੀਗੇ ਰਿਜ਼ਲਟਸ ਜੋ ਆਉਣ ਵਾਲੇ ਹੈਗੇ ਸ਼ਾਇਦ ਤੁਹਾਡੇ ਹੱਕ ਵਿੱਚ ਹੋਣ, ਬਟ ਦਿਸ ਇਜ਼ ਅ ਵੈਰੀ ਗੁੱਡ ਚਾਂਸ ਸ਼ਾਇਦ ਉਹ ਵੈਸੇ ਨਹੀਂ ਆਉਣ ਜੋ ਤੁਸੀਂ ਐਕਸਪੈਕਟ ਕਰ ਰਹੇ ਹੋ। ਇਸ ਕਰਕੇ ਮਿਹਨਤ ਨੂੰ ਬਰਕਰਾਰ ਰੱਖੋ ਅਤੇ ਹੋਰ ਵੀ ਅੱਛਾ ਕਹਿ ਲਓ ਸਕਸੈਸ ਨੂੰ ਅਚੀਵ ਕਰਨ ਦਾ ਤੁਸੀਂ ਗੋਲ ਬਣਾਓ ਅਤੇ ਜ਼ਰੂਰ ਉੱਥੇ ਤੁਸੀਂ ਪਹੁੰਚੋਗੇ। ਲੱਕੀ ਕਲਰ ਤੁਹਾਡੇ ਵਾਸਤੇ ਸਭ ਲਈ ਰਹਿਣ ਵਾਲਾ ਹੈਗਾ ਪਿੰਕ ਯਾਨੀ ਕਿ ਗੁਲਾਬੀ, ਅਤੇ ਲੱਕੀ ਨੰਬਰ ਰਹਿਣ ਵਾਲਾ ਹੈਗਾ ਨੰਬਰ 7। ਮਕਰ ਰਾਸ਼ੀ ਰਾਸ਼ੀ ਚੱਕਰ ਦੀ 10ਵੀਂ ਰਾਸ਼ੀ ਮਕਰ ਯਾਨੀ ਕਿ ਕੈਪਰੀਕੋਰਨ, ਜੇ ਤੁਹਾਡਾ ਜਨਮ ਹੋਇਆ ਦਸੰਬਰ 22 ਤੋਂ ਲੈ ਕੇ ਜਨਵਰੀ 21 ਦੇ ਵਿੱਚ ਤੁਹਾਡੀ ਇਹ ਰਾਸ਼ੀ ਬਣਦੀ ਹੈ। ਆਓ ਸਭ ਤੋਂ ਪਹਿਲੇ ਬਿਜ਼ਨਸ ਦੀ ਗੱਲ ਕਰੀਏ, ਤੁਹਾਡਾ ਬਿਜ਼ਨਸ ਇਸ ਵਾਸਤੇ ਇਸ ਹਫ਼ਤੇ ਲਈ ਹਾਨੀ ਦੇ ਯੋਗ ਲੈ ਕੇ ਆ ਰਿਹਾ ਹੈਗਾ। ਯਾਨੀ ਕਿਸੇ ਵੀ ਤਰੀਕੇ ਦੀ ਇਨਵੈਸਟਮੈਂਟ ਤੁਹਾਡੀ ਆਪਣੇ ਬਿਜ਼ਨਸ 'ਤੇ ਕੀਤੀ ਹੋਈ, ਅ ਬਿਗ ਪਾਰਟ ਆਫ ਇਟ ਮਾਈਟ ਗੋ ਇਨ ਡੈਟ, ਨੁਕਸਾਨ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹੈਗਾ। ਇਸ ਕਰਕੇ ਕੋਸ਼ਿਸ਼ ਕਰੋ ਇਸ ਹਫ਼ਤੇ ਦੌਰਾਨ ਆਪਾਂ ਨੂੰ ਕਿਸੇ ਵੀ ਤਰੀਕੇ ਦੀ ਬਿਜ਼ਨਸ ਇਨਵੈਸਟਮੈਂਟ ਤੋਂ ਆਪਣੇ ਆਪ ਨੂੰ ਬਚਾਉਣਾ ਹੈਗਾ। ਜ਼ਰੂਰ ਟਰਾਈ ਕਰੋ ਤੁਸੀਂ, ਅਤੇ ਸਮਹਾਓ ਤੁਸੀਂ ਕੋਈ ਨਾ ਕੋਈ ਰਸਤਾ ਜ਼ਰੂਰ ਲੱਭ ਪਾਓਗੇ ਜ਼ਿਆਦਾ ਇਨਵੈਸਟਮੈਂਟ ਕਰਨ ਤੋਂ ਬਚਾਉਣ ਵਾਸਤੇ ਆਪਣੇ ਆਪ ਨੂੰ। ਐਕਸਟੈਂਡਡ ਫੈਮਿਲੀ ਦੇ ਵਿੱਚ ਕੁਛ ਕਹਿ ਲਓ ਕਿ ਇਸ ਹਫ਼ਤੇ ਦੇ ਵਿੱਚ ਕੁਝ ਗਰਮਾ ਗਰਮੀ ਵਾਲਾ ਮਾਹੌਲ ਸ਼ਾਇਦ ਤੁਹਾਡਾ ਚੱਲ ਰਿਹਾ ਹੋਏਗਾ, ਅਤੇ ਜ਼ਰੂਰ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਥੋੜ੍ਹਾ ਜਿਹਾ ਵੱਡਾ ਕਰਕੇ ਜਾਂ ਫਿਰ ਥੋੜ੍ਹਾ ਛੋਟਾ ਕਰਕੇ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰੋ। ਥੋੜ੍ਹੀ ਜਿਹੀ ਮਿਹਨਤ ਕਰੋਗੇ ਅਤੇ ਜ਼ਰੂਰ ਕੋਈ ਨਾ ਕੋਈ ਤੁਸੀਂ ਇਸ ਗਹਿਮਾ ਗਹਿਮੀ ਤੁਸੀਂ ਘਟਾ ਸਕਦੇ ਹੈਗੇ ਪਰਿਵਾਰ ਵਿੱਚ, ਜਿਹਦਾ ਕਰਕੇ ਮਾਹੌਲ ਵੀ ਤੁਹਾਡੇ ਪਰਿਵਾਰ ਦਾ ਸੋਹਣਾ ਹੋਏਗਾ, ਪਹਿਲੇ ਨਾਲੋਂ ਬੈਟਰ ਹੋਏਗਾ। ਜੀਵਨ ਸਾਥੀ ਦੇ ਨਾਲ ਵੀ ਕੁਛ ਕਹਿ ਲਓ ਕਿ ਇਸ ਹਫ਼ਤੇ ਦੌਰਾਨ ਤੁਸੀਂ ਕੁਛ ਸਟਰਗਲ ਭਰਿਆ ਟਾਈਮ ਤੁਹਾਡੇ ਵਾਸਤੇ ਰਹਿਣ ਵਾਲਾ ਹੈਗਾ, ਐਂਡ ਇਟ ਮੇਕਸ ਸੈਂਸ ਕਿਉਂਕਿ ਜਿੱਦਾਂ ਕਹਿ ਕੇ ਐਕਸਟੈਂਡਡ ਫੈਮਿਲੀ ਦੇ ਵਿੱਚ ਕੁਛ ਗਹਿਮਾ ਗਹਿਮੀ ਚੱਲ ਰਹੀ, ਇਹਦਾ ਰੀਜ਼ਨ ਤੁਹਾਡੇ ਪਰਿਵਾਰ ਦੇ ਕਰਕੇ ਵੀ ਹੋ ਸਕਦਾ ਹੈਗਾ। ਯਾਨੀ ਕਿ ਸਾਰੇ ਪਰਿਵਾਰ ਨੂੰ ਇਫੈਕਟ ਕਰ ਰਿਹਾ ਹੈਗਾ ਉਹ, ਅਤੇ ਕੋਸ਼ਿਸ਼ ਕਰੋ ਜ਼ਰੂਰ ਇਸ ਤਰੀਕੇ ਨੂੰ ਸੁਧਾਰਨ ਦੀ। ਔਰ ਅਫਕੋਰਸ ਜੇ ਹਾਲੇ ਤੱਕ ਐਸਾ ਨਹੀਂ ਹੋਇਆ ਤਾਂ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਐਸਾ ਕੁਛ ਨਾ ਹੀ ਹੋਏ ਤਾਂ ਬੈਟਰ ਹੈਗਾ। ਉਸ ਤੋਂ ਬਾਅਦ ਗੱਲ ਕਰਦੇ ਹੈਗੇ ਤੁਹਾਡੇ ਹੈਲਥ ਦੀ, ਹੈਲਥ ਵੈਸੇ ਤਾਂ ਤੁਹਾਡੇ ਵਾਸਤੇ ਬਿਲਕੁਲ ਠੀਕ ਹੈ, ਸਿਰਫ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ, ਤੁਸੀਂ ਸਪੈਸ਼ਲੀ ਜਿਹੜੇ ਲੋਹੇ ਦਾ ਕੰਮ ਕਰ ਰਹੇ ਨੇ ਕਿਸੇ ਵੀ ਤਰੀਕੇ ਦਾ, ਲੋਡਿੰਗ ਅਨਲੋਡਿੰਗ ਵਾਲਾ ਜਿਹੜਾ ਕੋਈ ਕੰਮ ਕਰਦਾ ਹੈ, ਉਹਨਾਂ ਵਿੱਚ ਕੁਛ ਮੁਸ਼ਕਲ ਆ ਸਕਦੀ ਹੈਗੀ, ਕੋਈ ਚੋਟ ਸੱਟ ਦਾ ਕੋਈ ਖਤਰਾ ਬਣ ਸਕਦਾ ਹੈਗਾ। ਜ਼ਰੂਰ ਆਪਣੇ ਆਪ ਨੂੰ ਬਚਾ ਕੇ ਰੱਖੋ, ਐਗਜ਼ਰਸ਼ਨ ਦੇ ਵਿੱਚ ਕੰਮ ਤੁਸੀਂ ਨਹੀਂ ਕਰਨਾ ਹੈਗਾ। ਸਟੂਡੈਂਟ ਵਾਸਤੇ ਸਮੇਂ
ਥੋੜ੍ਹਾ ਜਿਹਾ ਮੁਸ਼ਕਿਲ ਭਰਿਆ ਹੈਗਾ ਕਿ ਕੋਈ ਨਾ ਕੋਈ ਰੁਕਾਵਟਾਂ ਤੁਹਾਨੂੰ ਆ ਸਕਦੀਆਂ, ਚਾਹੇ ਪੜ੍ਹਾਈ ਨੂੰ ਰਿਲੇਟਡ ਹੋ ਜਾਣ ਜਾਂ ਮੇ ਬੀ ਤੁਹਾਡੇ ਪੇਪਰ ਵਰਕ ਨੂੰ ਲੈ ਕੇ ਜਾਂ ਫਿਰ ਤੁਹਾਡੀ ਕੁਝ ਪਲੇਸਮੈਂਟ ਨੂੰ ਲੈ ਕੇ, ਤਾਂ ਘਬਰਾਉਣ ਦੀ ਲੋੜ ਨਹੀਂ ਹੈਗੀ ਹੈ। ਕੁਝ ਸੋਚ ਸਮਝ ਕੇ ਤੁਸੀਂ ਕਹਿ ਲਓ ਕਿ ਆਪਣੇ ਐਕਸ਼ਨਸ ਨੂੰ ਚੇਂਜ ਕਰੋਗੇ ਤਾਂ ਮੇ ਬੀ ਤੁਸੀਂ ਉਸ ਔਖੇ ਵੇਲੇ ਤੋਂ ਜ਼ਰੂਰ ਆਪਣੇ ਆਪ ਨੂੰ ਕੱਢ ਪਾਓਗੇ। ਲੱਕੀ ਕਲਰ ਇਸ ਹਫ਼ਤੇ ਲਈ ਤੁਹਾਡੇ ਵਾਸਤੇ ਰਹਿਣ ਵਾਲਾ ਹੈਗਾ ਸਕਾਈ ਬਲੂ, ਅਤੇ ਲੱਕੀ ਨੰਬਰ ਰਹਿਣ ਵਾਲਾ ਹੈਗਾ ਨੰਬਰ 5, ਯਾਨੀ ਕਿ ਨੰਬਰ 5। ਕੁੰਭ ਰਾਸ਼ੀ ਯਾਨੀ ਕਿ ਐਕੁਏਰੀਅਸ ਰਾਸ਼ੀ ਚੱਕਰ ਦੀ ਇਹ 11ਵੀਂ ਰਾਸ਼ੀ ਹੈਗੀ ਹੈ। ਜੇ ਤੁਹਾਡਾ ਜਨਮ ਜਨਵਰੀ 22 ਤੋਂ ਲੈ ਕੇ ਫਰਵਰੀ 18 ਦੇ ਵਿੱਚ ਹੋਇਆ ਤੁਹਾਡੀ ਇਹ ਰਾਸ਼ੀ ਬਣਦੀ ਹੈਗੀ ਹੈ। ਆਓ ਇਸ ਹਫ਼ਤੇ ਦੀ ਗੱਲ ਕਰੀਏ ਬਿਜ਼ਨਸ ਦੇ ਵਿੱਚ। ਜੇ ਤੁਸੀਂ ਕਿਸੇ ਵੀ ਤਰੀਕੇ ਦੇ ਪ੍ਰੋਪਰਟੀ ਰਿਲੇਟਿਡ ਯਾਨੀ ਕਿ ਜ਼ਮੀਨ ਦੇ ਖਰੀਦ ਫਰੋਖਤ ਦੇ ਬਿਜ਼ਨਸ ਵਿੱਚ ਹੈਗੇ ਹੋ ਤਾਂ ਇਹ ਸਮੇਂ ਬੜਾ ਅੱਛਾ ਬਣ ਰਿਹਾ ਹੈਗਾ ਤੁਹਾਡੇ ਵਾਸਤੇ। ਬਹੁਤ ਹੀ ਸੋਹਣੇ ਯੋਗ ਲੈ ਕੇ ਆ ਰਿਹਾ ਹੈਗਾ। ਕੁਛ ਵੀ ਹੈਗੀ ਜ਼ਮੀਨ ਵੇਚ ਕੇ ਵੀ ਪੈਸਾ ਕਮਾ ਸਕਦੇ ਹੈਗੇ ਹੋ, ਜੇ ਪੈਸੇ ਹੈਗੇ ਤਾਂ ਜ਼ਮੀਨਾਂ ਨੂੰ ਤੁਸੀਂ ਸਸਤਾ ਲੈ ਕੇ ਵੀ ਪੈਸਾ ਕਮਾ ਸਕਦੇ ਹੈਗੇ। ਪੈਸਾ ਕਮਾਉਣ ਦੇ, ਇਨਕਮ ਤੁਹਾਡੇ ਵਧਣ ਦੇ ਬਹੁਤ ਹੀ ਸੋਹਣੇ ਯੋਗ ਤੁਹਾਡੇ ਬਣ ਰਹੇ ਨੇ, ਅਤੇ ਜ਼ਰੂਰ ਇਹਨਾਂ ਪੱਲਾਂ ਦਾ ਤੁਸੀਂ ਬੈਨੀਫਿਟ ਚੁੱਕੋ। ਸੋਚ ਸਮਝ ਕੇ ਲੇਕਿਨ ਫੈਸਲਾ ਤੁਸੀਂ ਲੈਣਾ ਹੈਗਾ। ਐਕਸਟੈਂਡਡ ਫੈਮਿਲੀ ਨੂੰ ਲੈ ਕੇ ਕਹਿ ਲਓ ਕਿ ਇਸ ਹਫ਼ਤੇ ਵਿੱਚ ਕਿਸੇ ਕੋਈ ਵੀ ਮੰਗਲਿਕ ਲਾਈਕ ਮੰਗਲ ਕਾਰਜ ਘਰ ਵਿੱਚ ਹੋਣ ਵਾਲਾ ਹੈਗਾ, ਜਿੱਥੇ ਤੁਸੀਂ ਇਸ ਹਫ਼ਤੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਰਹਿਣ ਵਾਲੇ ਹੈਗੇ ਹੋ। ਇਮੀਡੀਏਟ ਫੈਮਿਲੀ ਦੇ ਨਾਲ ਵੀ ਤੁਹਾਡਾ ਪਰਿਵਾਰ ਦੇ ਵਿੱਚ ਬੜਾ ਹੀ ਅੱਛਾ ਨੇਚਰ ਇਸ ਹਫ਼ਤੇ ਦੌਰਾਨ ਰਹੇਗਾ। ਸਮੇਂ ਬਹੁਤ ਅੱਛਾ ਬੀਤੇਗਾ, ਮੰਗਲ ਕਾਰਜ ਕੋਈ ਘਰ ਵੀ ਤੁਹਾਡੇ ਹੋ ਸਕਦਾ ਹੈਗਾ, ਜ਼ਰੂਰ ਉਹਨਾਂ ਪੱਲਾਂ ਨੂੰ ਇੰਜੋਏ ਕਰੋ। ਹੈਲਥ ਨੂੰ ਲੈ ਕੇ ਧਿਆਨ ਰੱਖਣਾ ਹੈਗਾ ਥੋੜ੍ਹਾ ਜਿਹਾ, ਖਾਸ ਕਰ ਸਪੈਸ਼ਲੀ ਕਿਸੇ ਨੂੰ ਜੋ ਕੋਈ ਵੀ ਸਕਿਨ ਤੋਂ ਰਿਲੇਟਡ ਜੇ ਆਲਰੇਡੀ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਦਾ ਤੁਸੀਂ ਧਿਆਨ ਰੱਖਣਾ ਹੈਗਾ ਕਿ ਜੇ ਸਮ ਹਾਊ ਟੂ ਯੂ ਸੀ ਇਸ ਗੈਟਿੰਗ ਵਰਸ, ਸੋ ਪਲੀਜ਼ ਡੋਂਟ ਟ੍ਰਾਈ ਟੂ ਟੇਕ ਇਟ ਈਜ਼ੀ। ਕੋਸ਼ਿਸ਼ ਕਰੋ ਜ਼ਰੂਰ ਡਾਕਟਰ ਕੋਲ ਜਾਓ ਜਾਂ ਫਿਰ ਜਿਹੜੀਆਂ ਦਵਾਈਆਂ ਲੈ ਰਹੇ ਹੋ ਉਹਦਾ ਤਾਂ ਤੁਸੀਂ ਨਿਰੰਤਰ ਇਸਤੇਮਾਲ ਕਰਦੇ ਰਹੋ। ਸਟੂਡੈਂਟਸ ਵਾਸਤੇ ਬਹੁਤ ਕੋਈ ਚੇਂਜਸ ਨਹੀਂ ਹੈਗੇ, ਲੇਕਿਨ ਜੋਬ ਵਿੱਚ ਜਿਹੜੇ ਲੋਕ ਹੈਗੇ ਉਹਨਾਂ ਵਾਸਤੇ ਮੁਸ਼ਕਲਾਂ ਆ ਸਕਦੀਆਂ ਨੇ, ਯਾਨੀ ਕੁਛ ਵੀ ਕੰਸਟਰਕਟਿਵ ਕਹਿ ਲਓ ਕਿ ਜਿਹੜੇ ਟਰਮੀਨੇਸ਼ਨ ਤੁਹਾਡਾ ਹੋ ਸਕਦਾ ਹੈ ਕਿ ਕਈ ਕਿਸੇ ਤਰੀਕੇ ਨਾਲ ਜੇ ਤੁਹਾਨੂੰ ਲੱਗ ਰਿਹਾ ਹੈ ਕੁਛ ਪਾਸਟ ਟਾਈਮ ਤੋਂ ਤੁਹਾਡੇ ਤੁਸੀਂ ਕੁਛ ਮੁਸ਼ਕਲਾਂ ਆ ਰਹੀਆਂ ਸੀ ਤੁਹਾਡੇ ਕੰਮ ਨੂੰ ਲੈ ਕੇ, ਉਹ ਮੁਸ਼ਕਲਾਂ ਤੁਹਾਨੂੰ ਇਸ ਹਫ਼ਤੇ ਦੌਰਾਨ ਤੰਗ ਕਰ ਸਕਦੀਆਂ ਨੇ, ਉਹ ਫੋਕਸ ਵਿੱਚ ਆ ਸਕਦੀਆਂ ਨੇ, ਅਤੇ ਖਾਸ ਕਰ ਤੁਹਾਡੇ ਸਾਥੀਆਂ ਦੇ ਕਰਕੇ ਤੁਹਾਨੂੰ ਕੰਮ ਦੇ ਵਿੱਚ ਬੜਾ ਹਾਰਡ ਟਾਈਮ ਫੇਸ ਕਰਨਾ ਪੈ ਸਕਦਾ ਹੈਗਾ। ਸੋ ਆਪਣੇ ਆਪ ਨੂੰ ਪ੍ਰਿਪੇਅਰ ਰੱਖੋ ਅਤੇ ਤੁਹਾਡੇ ਕੋਲ ਪਲਾਨ ਬੀ ਜ਼ਰੂਰ ਹੋਣਾ ਚਾਹੀਦਾ। ਸਟੂਡੈਂਟਸ ਵਾਸਤੇ ਕੋਈ ਚੇਂਜਸ ਤੁਸੀਂ ਨਹੀਂ ਐਕਸਪੈਕਟ ਕਰ ਰਹੇ ਹੋ, ਜੋ ਤੁਹਾਡਾ ਨੋਰਮਲ ਪੜ੍ਹਾਈ ਦਾ ਰੂਟੀਨ ਆ ਉਹੀ ਚੱਲਦਾ ਰਹੇਗਾ। ਲੱਕੀ ਕਲਰ ਤੁਹਾਡੇ ਵਾਸਤੇ ਰਹਿਣ ਵਾਲਾ ਇਸ ਹਫ਼ਤੇ ਲਈ ਔਰੇਂਜ, ਅਤੇ ਲੱਕੀ ਨੰਬਰ ਰਹਿਣ ਵਾਲਾ ਹੈਗਾ ਨੰਬਰ 3। ਮੀਨ ਰਾਸ਼ੀ ਯਾਨੀ ਕਿ ਪਾਈਸਿਸ ਇਹ ਰਾਸ਼ੀ ਚੱਕਰ ਦੀ 12ਵੀਂ ਅਤੇ ਅਖੀਰਲੀ ਰਾਸ਼ੀ ਹੈਗੀ ਹੈ। ਜੇ ਤੁਹਾਡਾ ਜਨਮ ਹੋਇਆ ਫਰਵਰੀ 19 ਤੋਂ ਲੈ ਕੇ ਮਾਰਚ 20 ਦੇ ਵਿੱਚ ਤੁਹਾਡੀ ਇਹ ਰਾਸ਼ੀ ਬਣਦੀ ਹੈਗੀ ਹੈ। ਸਟਾਕ ਮਾਰਕੀਟ 'ਚ ਕਿਸੇ ਵੀ ਤਰੀਕੇ ਦਾ ਪੈਸਾ ਲਗਾਉਣ ਦੀ ਇਨਵੈਸਟਮੈਂਟ ਤੋਂ ਤੁਸੀਂ ਬਚੋ, ਤੁਹਾਡੇ ਗ੍ਰਹਿ ਤੁਹਾਡਾ ਬਿਲਕੁਲ ਵੀ ਸਾਥ ਨਹੀਂ ਦੇ ਰਹੇ। ਲੇਕਿਨ ਕਿਸੇ ਵੀ ਤਰੀਕੇ ਦੇ ਜੇ ਤੁਸੀਂ ਲਿਕੁਇਡ ਬਿਜ਼ਨਸ ਵਿੱਚ ਹੈਗੇ ਹੋ ਅਤੇ ਉਹ ਬਿਜ਼ਨਸ ਤੁਹਾਡੇ ਵਾਸਤੇ ਬਹੁਤ ਅੱਛਾ ਹੋ ਸਕਦਾ, ਉੱਥੇ ਇਨਵੈਸਟਮੈਂਟ ਨੂੰ ਵਧਾਇਆ ਜਾ ਸਕਦਾ ਹੈਗਾ, ਅਤੇ ਜ਼ਰੂਰ ਐਨਾਲਾਈਜ਼ ਕਰੋ ਜੇ ਤੁਸੀਂ ਯੂਅਰ ਵਨ ਆਫ ਦੋਸ ਪੀਪਲ, ਜ਼ਰੂਰ ਉਹਦਾ ਐਡਵਾਂਟੇਜ ਤੁਸੀਂ ਪੂਰਾ ਤੁਹਾਨੂੰ ਲੈਣਾ ਚਾਹੀਦਾ। ਹੈਲਥ ਵੱਲੋਂ ਕੋਈ ਚੇਂਜਸ ਤੁਸੀਂ ਨਹੀਂ ਐਕਸਪੈਕਟ ਕਰ ਰਹੇ ਹੋਗੇ, ਐਵਰੀਥਿੰਗ ਸੀਮਸ ਟੂ ਬੀ ਨੋਰਮਲ। ਅਤੇ ਸਟੂਡੈਂਟਸ ਵਾਸਤੇ ਸਮੇਂ ਬੜਾ ਨੋਰਮਲ ਹੈਗਾ, ਕੋਈ ਚੇਂਜ ਐਕਸਪੈਕਟ ਨਹੀਂ ਕਰ ਰਹੇ ਹੈਗੇ ਹੋ। ਜਿਹੜੇ ਨੌਕਰੀ ਦੇ ਵਿੱਚ ਹੈਗੇ ਨੇ ਬੜੇ ਹੀ ਚਿਰਾਂ ਤੋਂ, ਕਹਿ ਲਓ ਕਿ ਤੁਸੀਂ ਕੋਈ ਖਾਸ ਫੀਲਡ ਦੀ ਨੌਕਰੀ ਦੀ ਭਾਲ ਕਰ ਰਹੇ ਸੀ, ਇਸ ਹਫ਼ਤੇ ਦੇ ਦੌਰਾਨ ਉਹ ਖੁਸ਼ਖਬਰੀ ਤੁਹਾਡੇ ਅੱਗੇ ਆ ਸਕਦੀ ਹੈਗੀ ਹੈ। ਜੇ ਆਪਣੇ ਆਪ ਨੂੰ ਪ੍ਰਿਪੇਅਰ ਕਰੋ, ਕੋਈ 6 ਮਹੀਨੇ ਪਹਿਲੇ ਜਾਂ ਸਾਲ ਪਹਿਲੇ ਇੰਟਰਵਿਊ ਦਿੱਤਾ ਸੀਗਾ ਜਾਂ ਸੰਬਰੀ ਆਲਰੇਡੀ ਹੈਜ਼ ਯੂਰ ਰੈਜ਼ਮੇ, ਸਮਹਾਓ ਤੁਸੀਂ ਉਹਨਾਂ ਦੀ ਲਿਸਟ ਵਿੱਚ ਹੈਗੇ ਹੋ, ਤਾਂ ਇਸ ਹਫ਼ਤੇ ਦੇ ਵਿੱਚ ਤੁਹਾਨੂੰ ਕੁਝ ਕਾਲਸ ਜਾਂ ਕੁਝ ਚਾਂਸਿਸ ਉੱਥੋਂ ਆ ਸਕਦੇ ਨੇ, ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ। ਸੋ ਮੇਕ ਸ਼ੋਰ ਯੂਰ ਆਲਵੇਜ਼ ਕਨੈਕਟਡ ਟੂ ਯੂਰ ਫੋਨ ਕਿਸੇ ਵੀ ਤਰੀਕੇ ਨਾਲ। ਐਕਸਟੈਂਡਡ ਫੈਮਿਲੀ ਦੇ ਵਿੱਚ ਸਮੇਂ ਬੜਾ ਅੱਛਾ ਨਜ਼ਰ ਆ ਰਿਹਾ ਹੈਗਾ। ਕੁਛ ਪੈਸੇ ਦੀ ਖਰਚਾ ਜ਼ਰੂਰ ਤੁਸੀਂ ਐਕਸਟੈਂਡਡ ਫੈਮਿਲੀ ਦੇ ਵਿੱਚ ਕਰੋਗੇ, ਲੇਕਿਨ ਸ਼ੁਭ ਕਾਰਜ ਵਾਸਤੇ ਖਰਚਾ ਹੋਣਗਾ, ਐਸੇ ਕੁਝ ਗ੍ਰਹਿ ਤੁਹਾਡੇ ਯੋਗ ਦਿਖਾ ਰਿਹਾ ਹੈ। ਇਮੀਡੀਏਟ ਫੈਮਿਲੀ ਦੇ ਵਿੱਚ ਵੀ ਸਮੇਂ ਬੜਾ ਅੱਛਾ ਹੈਗਾ ਤੁਹਾਡੇ ਵਾਸਤੇ, ਕਹਿ ਲਓ ਕਿ ਕੁਝ ਸਰਪ੍ਰਾਈਜ਼ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ, ਤੁਹਾਡੀ ਇਮੀਡੀਏਟ ਫੈਮਿਲੀ ਤੁਹਾਡੇ ਬੱਚਿਆਂ ਨਾਲ ਮਿਲ ਸਕਦੇ ਨੇ। ਜੇ ਕੁਝ ਵੀ ਐਸਾ ਸਮੇਂ ਆਉਂਦਾ ਹੈ, ਆਈ ਹੋਪ ਇਸ ਐਵਰੀਥਿੰਗ ਇਜ਼ ਗੁੱਡ ਐਂਡ ਯੂ ਮਸਟ ਇੰਜੋਏ ਇਟ। ਆਓ ਉਸ ਤੋਂ ਬਾਅਦ ਗੱਲ ਕਰਦੇ ਹੈਗੇ ਹਾਂ ਸਟੂਡੈਂਟਸ ਵਾਸਤੇ, ਸਮੇਂ ਕੋਈ ਚੇਂਜ ਵਾਲਾ ਨਹੀਂ ਹੈ। ਨੌਕਰੀ ਵਾਲਿਆਂ ਵਾਸਤੇ ਜਿਹੜੇ ਬੇਰੋਜ਼ਗਾਰ ਹੈਗੇ ਉਹਨਾਂ ਵਾਸਤੇ ਥੋੜ੍ਹੀ ਹੋਰ ਨਟਪਜ ਕਰਨ ਦੀ ਲੋੜ ਹੈਗੀ ਹੈ। ਲੱਕੀ ਕਲਰ ਇਸ ਹਫ਼ਤੇ ਲਈ ਤੁਹਾਡੇ ਵਾਸਤੇ ਰਹਿਣ ਵਾਲਾ ਹੈਗਾ ਬਲੂ, ਅਤੇ ਲੱਕੀ ਨੰਬਰ ਰਹਿਣ ਵਾਲਾ ਹੈਗਾ ਨੰਬਰ 1। ਅਤੇ ਆਓ ਜੀ ਅਸੀਂ ਜ਼ਿਕਰ 12 ਰਾਸ਼ੀਆਂ ਦਾ ਇਸ ਹਫ਼ਤੇ ਦੀ ਰਾਸ਼ੀ ਫਲ ਦਾ, ਯਾਨੀ ਕਿ ਜਿਹੜਾ ਕਿ ਮੰਡੇ ਤੋਂ ਲੈ ਕੇ ਆਉਣ ਵਾਲੇ ਸੰਡੇ ਤੱਕ ਹੁੰਦਾ ਹੈਗਾ। ਅਤੇ ਜੇ ਤੁਹਾਡੇ ਕੋਈ ਵੀ ਕੁਐਸਚਨ ਹੋਣ ਤੁਸੀਂ ਬੇਝਿਜਕ ਮੈਨੂੰ ਸੰਪਰਕ ਕਰ ਸਕਦੇ ਹੈਗੇ ਹੋ। ਸਕਰੀਨ 'ਤੇ ਮੇਰੇ ਨੰਬਰ ਲਿਖੇ ਆ ਰਹੇ ਨੇ 416-838-7731। ਮੇਕ ਸ਼ੋਰ ਵੈਨ ਐਵਰ ਯੂ ਕਾਲ ਮੀ, ਕੁਛ ਤੁਹਾਡੇ ਤੋਂ ਲੋਕ ਜਿਹੜੇ ਪਰਸਨਲੀ
private call karde ne, leave me a voicemail including your phone number or somehow or maybe send me a text or send me an email. Mera email bhi screen te tusi dekh sakde hage ho. ਤੁਹਾਡੀ ਮੇਰੀ ਜਿਤਨੀ ਵੀ ਕੰਸਲਟੇਸ਼ਨ ਹੁੰਦੀ ਹੈ ਇਸ ਕੰਪਲੀਟਲੀ ਕਾਨਫੀਡੈਂਸ਼ੀਅਲ, ਮੈਂ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਦਾ. ਈਮੇਲ ਦੇ ਥਰੂ, ਫੋਨ ਦੇ ਰਾਹੀਂ ਜਿਤਨੀ ਵੀ ਮੈਂ ਤੁਹਾਨੂੰ ਹੈਲਪ ਕਰੂੰਗਾ, ਤੁਹਾਡੇ ਗ੍ਰਹਾਂ ਨੂੰ ਪੜ੍ਹ ਕੇ, ਤੁਹਾਡੀ ਡੇਟ ਆਫ ਬਰਥ, ਪਲੇਸ, ਟਾਈਮ ਦਾ ਹੋਣਾ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਐਨਾਲਾਈਜ਼ ਕਰਕੇ ਉਹ ਤੁਹਾਡੀ ਕੰਸਲਟੇਸ਼ਨ ਹਮੇਸ਼ਾ ਫ੍ਰੀ ਹੈਗੀ ਹੈ. ਜੇ ਤੁਸੀਂ ਪਰਸਨਲੀ ਮਿਲਣਾ ਚਾਹੁੰਦੇ ਹੋ, ਯੈਸ, ਉਹਦੇ ਵਾਸਤੇ ਜ਼ਰੂਰ ਮੈਂ ਥੋੜ੍ਹਾ ਬਹੁਤ ਤੁਹਾਨੂੰ ਚਾਰਜ ਕਰੂੰਗਾ, ਲੇਕਿਨ ਇਟ ਵੋਂਟ ਬੀ ਮੱਚ, ਆਈ ਪ੍ਰੋਮਿਸ ਯੂ. ਬਟ ਕੁਐਸਚਨਸ ਕੁਛ ਵੀ ਹੋਣ, ਤੁਹਾਡੇ ਕਰੀਅਰ ਨੂੰ ਲੈ ਕੇ, ਤੁਹਾਡੀ ਸਿਹਤ ਨੂੰ ਲੈ ਕੇ, ਤੁਹਾਡੇ ਬਿਜ਼ਨਸ ਨੂੰ ਲੈ ਕੇ, ਤੁਹਾਡੀ ਪੜ੍ਹਾਈ ਨੂੰ ਲੈ ਕੇ, ਤੁਸੀਂ ਜ਼ਰੂਰ ਉਹਦੇ ਵਾਸਤੇ ਮੈਨੂੰ ਰਾਬਤਾ ਕਾਇਮ ਕਰ ਸਕਦੇ ਹੈਗੇ. 416-838-7731. ਫੇਸਬੁੱਕ 'ਤੇ ਮੈਨੂੰ ਫੋਲੋ ਕਰੋ, ਪੰਡਿਤ ਤਰੁਣ ਦੇਵਗਨ ਮੇਰਾ ਫੇਸਬੁੱਕ ਪੇਜ, ਟਵਿੱਟਰ 'ਤੇ ਪੰਡਿਤ ਤਰੁਣ ਦੇਵਗਨ, ਸੋਸ਼ਲ ਮੀਡੀਆ 'ਤੇ ਅਸੀਂ ਹਰ ਵੇਲੇ ਅਵੇਲੇਬਲ ਹੈਗੇ ਹਾਂ. www.tarundevgan.com ਮੇਰੀ ਵੈਬਸਾਈਟ ਵਿਜ਼ਿਟ ਕਰਕੇ ਵੀ ਮੈਨੂੰ ਸੰਪਰਕ ਕਰ ਸਕਦੇ ਹੈਗੇ ਹੋ. ਸਮ ਹਾਓ ਵਟਸਐਪ ਕਰੋ, BBM ਕਰੋ, ਦੇਰ ਆਰ ਸੋ ਮੈਨੀ ਵੇਜ਼ ਟੂ ਕੰਟੈਕਟ ਮੀ ਐਨੀ ਟਾਈਮ. ਤੁਹਾਨੂੰ ਲੱਗ ਰਿਹਾ ਕੁਛ ਤੁਹਾਨੂੰ ਮੁਸ਼ਕਲਾਂ ਤੁਹਾਡੀ ਲਾਈਫ ਦੇ ਵਿੱਚ ਆ ਰਹੀਆਂ ਨੇ, ਜਸਟ ਕੰਟੈਕਟ ਮੀ ਵਾਂਸ. ਬਟ ਇਸ ਦਿਸ ਇਜ਼ ਸਪੈਸ਼ਲੀ ਫੋਰ ਦੋਸ ਪੀਪਲ ਹੂ ਹੈਜ਼ ਟ੍ਰਾਈਡ ਐਵਰੀ ਸਿੰਗਲ ਥਿੰਗ. ਹਰ ਪਾਸੇ ਹੱਥ ਪੈਰ ਮਾਰ ਚੁੱਕੇ ਹੋ, ਲੇਕਿਨ ਕੋਈ ਰਸਤਾ ਨਹੀਂ ਮਿਲ ਰਿਹਾ. ਦੇਰ ਇਜ਼ ਨਥਿੰਗ ਰੋਂਗ ਇਨ ਟ੍ਰਾਇੰਗ ਵਨ ਮੋਰ ਟਾਈਮ. ਸਪੈਸ਼ਲੀ ਜੇ ਤੁਸੀਂ ਫੋਲੋ ਕਰਦੇ ਹੋ ਤਾਂ ਜ਼ਰੂਰ ਇੱਕ ਰਾਏ ਤੁਸੀਂ ਲੈ ਸਕਦੇ ਹੋ. ਬਟ ਇਫ ਯੂ ਡੋਂਟ ਫੋਲੋ ਇਟ, ਦੈਨ ਡੋਂਟ ਬਾਦਰ ਐਟ ਆਲ. ਕੋਸ਼ਿਸ਼ ਕਰੋ ਫਿਰ ਆਪਣੇ ਆਪ ਨੂੰ ਬਚਾ ਕਰ ਹੀ ਰੱਖੋ ਇਹਨਾਂ ਚੀਜ਼ਾਂ 'ਚੋਂ. ਅਤੇ ਆਓ ਜੀ, ਇਸ ਐਪੀਸੋਡ ਨੂੰ ਇੱਥੇ ਇਜਾਜ਼ਤ ਦਿੰਦੇ ਹਾਂ ਤੁਹਾਡੇ ਤੋਂ. ਫਿਰ ਅਗਲੇ ਹਫ਼ਤੇ ਦੇ ਵਿੱਚ ਨਵੇਂ ਸਪਤਾਹ ਦਾ ਰਾਸ਼ੀ ਵੱਲ ਲੈ ਕੇ ਮੁਲਾਕਾਤ ਹੋਏਗੀ. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ.